ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਲਾਲੀਮਾ ਸ਼ਰਮਾ ਤੁਹਾਡੇ ਸਾਰਿਆਂ ਦਾ ਕੈਫੇ ਪੰਜਾਬੀ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਅਤੇ ਅੱਜ ਮੇਰੇ ਨਾਲ ਸਟੂਡੀਓ ਵਿੱਚ ਤਿੰਨ ਇੱਦਾਂ ਦੇ ਬੈਸਟ ਫਰੈਂਡਸ ਮੌਜੂਦ ਨੇ ਜਿਨ੍ਹਾਂ ਨੇ ਅੱਜ ਤੱਕ ਜਿੰਨੇ ਵੀ ਗਾਣੇ ਬਣਾਏ ਨਾ ਉਸਦੇ ਪਿੱਛੇ ਕੋਈ ਨਾ ਕੋਈ ਸ਼ਰਾਰਤ ਛੁਪੀ ਹੋਈ ਸੀ। ਹੁਣ ਤੁਸੀਂ ਇਹਨਾਂ ਦੇ ਚਿਹਰੇ ਵੀ ਵੇਖੋਗੇ ਨਾ ਤੁਸੀਂ ਯਕੀਨ ਕਰ ਲਓਗੇ ਅਤੇ ਇਹ ਜ਼ਰੂਰ ਬਚਪਨ ਤੋਂ ਸ਼ਰਾਰਤੀ ਰਹੇ ਹੋਣੇ। ਅਤੇ ਹੁਣ ਮੈਂ ਇਹਨਾਂ ਨੂੰ ਹੀ ਪੁੱਛੂੰਗੀ ਕਿ ਇੱਦਾਂ ਦੇ ਕਿਉਂ ਨੇ। ਪਹਿਲਾਂ ਅਸੀਂ ਇਹਦਾ ਇੰਟਰੋਡਕਸ਼ਨ ਕਰਾ ਦਿੰਦੇ ਕਿ ਸਾਡੇ ਨਾਲ ਮੌਜੂਦ ਨੇ ਦ ਲੈਂਡਰਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਤੁਸੀਂ ਆਪਣਾ ਇੰਟਰੋਡਕਸ਼ਨ ਆਪ ਦੇ ਦਿਓ ਆਪਣੇ ਆਪਣੇ ਨਾਮ ਦੇ। ਸਤਿ ਸ਼੍ਰੀ ਅਕਾਲ ਜੀ, ਅਸੀਂ ਹਾਂ ਦ ਲੈਂਡਰਸ ਅਤੇ ਮੈਂ ਡੈਵੀ ਸਿੰਘ। ਮੈਂ ਗੁਰੀ ਸਿੰਘ ਜੀ। ਮੈਂ ਸੁਖ। ਸੁਖ, ਚਲੋ ਠੀਕ ਹੈ। ਹੁਣ ਤੁਸੀਂ ਤਿੰਨਾਂ ਨੂੰ ਮੈਂ ਸਭ ਤੋਂ ਪਹਿਲਾਂ ਇਹੀ ਪੁੱਛੂੰਗੀ ਕਿ ਤੁਹਾਡਾ ਸਭ ਤੋਂ ਪਹਿਲਾਂ ਗਾਣਾ ਆਇਆ ਸੀ ਲੰਡਰ, ਹੈ ਨਾ? ਉਸ ਤੋਂ ਬਾਅਦ ਦ ਲੈਂਡਰਸ ਦਾ ਉਹਨਾਂ ਨੇ ਲੰਡਰ ਹੀ ਬਣਾਤਾ ਦਰਸ਼ਕਾਂ ਨੇ, ਹੈ ਨਾ? ਉਹਨਾਂ ਨੇ ਨਾਮ ਹੀ ਵਿਗਾੜਤਾ ਪੂਰਾ ਪੂਰਾ। ਉਸ ਤੋਂ ਬਾਅਦ ਹੁਣ ਜੇ ਮੈਂ ਤੁਹਾਨੂੰ ਪੁੱਛਾਂ, ਸਹਿਮਤੀ ਨਾਲ ਦੱਸ ਦਿਓ ਕਿ ਤੁਹਾਡੇ ਤਿੰਨਾਂ ਵਿੱਚ ਸਭ ਤੋਂ ਜ਼ਿਆਦਾ ਲੰਡਰ ਕੌਣ ਹੈ? ਉਹ ਫਨ ਕਰਨ ਵਾਲਾ, ਮਤਲਬ ਕਿ ਹਾਂ ਲੰਡਰ। ਹੁਣ ਤੁਸੀਂ ਜਿੱਦਾਂ ਤੁਸੀਂ ਗਾਣਾ ਬਣਾਇਆ ਹੁਣ ਤੁਸੀਂ ਦੱਸ ਦਿਓ। ਸ਼ਕਲ ਤਾਂ ਮੈਂ ਹੀ ਲੱਗਦਾ ਹੋਊਗਾ, ਮੇਰਾ ਦੰਦ ਟੁੱਟਿਆ ਹੈ। ਅਲੱਗ ਅਲੱਗ ਲੈਵਲ ਨੇ ਜੀ। ਅੱਛਾ, ਅਲੱਗ ਅਲੱਗ ਲੈਵਲ ਨੇ। ਟੌਪ ਲੈਵਲ ਦਾ ਕੌਣ ਹੈ? ਨਹੀਂ, ਹਰੇਕ ਚੀਜ਼ ਚ। ਅੱਛਾ ਅੱਛਾ ਅੱਛਾ, ਹਰੇਕ ਆਪਣੇ ਆਪਣੇ ਚੀਜ਼ ਚ ਉਹ ਹੈ। ਹਾਂ ਹਾਂ। ਤੇ ਵੈਸੇ ਅਗਰ ਮੈਂ ਓਵਰਆਲ ਕਰਾਂ ਤਾਂ ਬੰਦਾ ਜਿਹੜਾ ਜੀ ਵੀ ਲਵਾ ਕੇ ਰੱਖਦਾ ਨਾ, ਖੁਸ਼ ਰੱਖਦਾ ਸਾਰਿਆਂ ਨੂੰ, ਇਕੱਲੇ ਸਾਨੂੰ ਨਹੀਂ, ਕੋਈ ਹੋਰ ਵੀ ਚੌਥਾ ਬੰਦਾ ਬੈਠਾ ਨਾ, ਤਾਂ ਇਹਦੀਆਂ ਹਰਕਤਾਂ, ਇਹਦੀਆਂ ਗੱਲਾਂ ਸਾਰਿਆਂ ਪੁੱਛਿਆ ਇੱਕ ਸਾਲ ਆਖਿਰ ਸੀਗੇ ਕਿੱਥੇ, ਪਰ ਇੱਕ ਜਦੋਂ ਇੱਕ ਮਹੀਨੇ ਬਾਅਦ ਵੀ ਕੋਈ ਨਾ ਕੋਈ ਆਪਣਾ ਗਾਣਾ ਕੱਢਦਾ ਰਹਿੰਦਾ ਹੈ, ਹੁਣ ਤਾਂ ਇੱਕ ਮਹੀਨਾ ਵੀ ਟੱਪਣ ਨਹੀਂ ਦਿੰਦੇ ਕਿ ਅਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਾ ਸਾਡਾ ਨਾਮ ਬਣਿਆ ਰਹੇ, ਸਾਨੂੰ ਕੋਈ ਭੁੱਲੇ ਨਾ। ਤੇ ਤੁਸੀਂ ਇੱਕ ਸਾਲ ਬਾਅਦ ਆਏ, ਤੁਹਾਡੇ ਉੱਤੇ ਮਤਲਬ ਇੰਨਾ ਪ੍ਰੈਸ਼ਰ ਨਹੀਂ ਰਿਹਾ ਕਿ ਹੁਣ ਮੈਂ ਵਾਪਸ ਆ ਰਿਹਾ, ਪਤਾ ਨਹੀਂ ਸਾਨੂੰ ਲੋਕ ਪਹਿਚਾਨਣਗੇ ਕਿ ਨਹੀਂ, ਸਾਨੂੰ ਲੋਕ ਅਪਣਾਉਣਗੇ ਕਿ ਨਹੀਂ, ਇੱਦਾਂ ਦਾ ਕੁਛ ਪ੍ਰੈਸ਼ਰ ਨਹੀਂ ਰਿਹਾ ਤੁਹਾਡੇ ਉੱਤੇ? ਬਹੁਤ, ਪਹਿਲੀ ਗੱਲ ਤਾਂ ਅੱਜ ਕੱਲ੍ਹ ਜਿਹੜੇ ਸੌਂਗਸ ਦੀ ਲਾਈਫ ਆ ਨਾ, ਬਹੁਤ ਥੋੜ੍ਹੀ ਰਹਿ ਗਈ ਆ। ਮਤਲਬ ਜੇ ਕੋਈ ਗਾਣਾ ਇੱਕ ਮਹੀਨਾ ਵੀ ਚੱਲਦਾ ਤੇ ਉਹ ਬਹੁਤ ਆ, ਕਿ ਇੱਕ ਮਹੀਨਾ ਗਾਣਾ ਚੱਲਿਆ ਤੇ ਬਹੁਤ ਆ, ਤੇ ਅਸੀਂ ਤਾਂ ਇੱਕ ਸਾਲ ਤੋਂ ਗਾਇਬ ਸੀਗੇ। ਅੱਛਾ, ਉਹੀ ਸਾਨੂੰ ਬਹੁਤ ਪ੍ਰੈਸ਼ਰ ਸੀਗਾ ਵੀ ਪਤਾ ਨਹੀਂ ਕੀ ਬਣੂਗਾ ਕੀ ਬਣੂਗਾ ਕੀ ਬਣੂਗਾ, ਪਰ ਟੱਚ ਵੁੱਡ ਸਭ ਵਧੀਆ ਰਿਹਾ, ਜਿੱਥੇ ਅਸੀਂ ਛੱਡ ਕੇ ਗਏ ਸੀਗੇ ਸਾਨੂੰ ਉੱਥੇ ਹੀ ਦੁਬਾਰਾ ਕਮਬੈਕ ਹੋ ਗਿਆ ਸਾਡਾ ਵਧੀਆ। ਵੈਸੇ ਆਖਰ ਇੱਕ ਸਾਲ ਸੀਗੇ ਕਿੱਥੇ? ਸਾਨੂੰ ਆਡੀਓ ਨਹੀਂ ਸੀ ਪਸੰਦ ਆ ਰਹੇ। ਅੱਛਾ, ਆਡੀਓ ਨਹੀਂ ਪਸੰਦ ਆ ਰਹੇ? ਤੁਸੀਂ ਵੀਡੀਓ ਨਹੀਂ ਦੇਖੀ ਸਰ? ਵੀਡੀਓ ਨਹੀਂ ਦੇਖੀ? ਹੱਥ ਬੰਨ ਚੱਕਿਆ ਸਾਨੂੰ ਉੱਤੇ, ਅਸੀਂ ਤਾਂ ਮਸਾ ਬਚ ਗਏ ਆ, ਤੇ ਵੀ ਕਿਡਨੈਪ ਕੀਤਾ, ਮਸਾ ਬਚ ਗਏ ਆ। ਅੱਛਾ ਅੱਛਾ, ਉੱਥੋਂ ਕਹਾਣੀ ਕਰ। ਅੱਛਾ, ਕਿਡਨੈਪ ਕਰ ਲਿਆ ਸੀ, ਮਤਲਬ ਇੱਕ ਸਾਲ ਤੱਕ ਕਿਡਨੈਪ ਕਰਕੇ ਰੱਖਿਆ, ਹੈ ਨਾ? ਮੈਂ ਉਹੀ ਆਨੀ ਆ, ਤੁਹਾਡਾ ਤਾਂ ਕਿਸੇ ਦਾ ਵਿਆਹ ਨਹੀਂ ਹੋਇਆ ਨਾ? ਲੱਗਦਾ ਨਹੀਂ ਹੋਇਆ, ਮਤਲਬ ਨਹੀਂ ਹੋਇਆ, ਚਲੋ ਮੈਨੂੰ ਪਤਾ ਨਹੀਂ ਹੋਇਆ, ਨਹੀਂ ਹੋਇਆ। ਪਰ ਤੁਸੀਂ ਵੋਟੀ ਬਾਰੇ ਕਿਦਾਂ ਦੱਸ ਸਕਦੇ ਕਿ ਇਦਾਂ ਦੀ ਹਰਕਤਾਂ ਕਰਦੀ ਹੈ? ਇਮੇਜਿਨਰੀ ਸੀ। ਮੈਨੂੰ ਪਲੀਜ਼ ਇਹ ਕੁਐਸਚਨ ਦਾ ਜਵਾਬ ਦਿਓ ਕਿ ਤੁਸੀਂ ਕੁੜੀਆਂ ਉੱਤੇ ਕਿਹੜੀ ਭੜਾਸ ਕੱਢੀ ਹੈ? ਜੇਲ ਫੇਲ ਬਣਾਇਆ ਸੀਗਾ ਕਿ ਤੂੰ ਆਉਣ ਵਾਲੇ ਪੇਪਰਾਂ 'ਚ ਫੇਲ ਹੋ ਜਾਵੇਂ। ਮੈਂ ਤੁਹਾਨੂੰ ਦੱਸਦੀ ਹਾਂ, ਮੈਨੂੰ ਇੱਕ ਨੇ ਸੁਣਿਆ ਹੀ ਆ ਵਾਲਾ ਗਾਣਾ, ਮੈਂ ਗਾਣਾ ਕਿੰਨੇ ਬਣਾਇਆ ਮੈਨੂੰ ਦੱਸੋ। ਅਸੀਂ ਦੋਨੇ ਇਸ ਚੀਜ਼ ਦੇ ਜਵਾਬ ਦੇ ਨਹੀਂ ਹੈਗੇ, ਅਸੀਂ ਸਿਰਫ ਗੁੱਸੇ 'ਚ ਗਾਇਆ। ਬਸ ਸਾਡੇ ਤੱਕ ਪੇਪਰ ਤੇ ਆ ਗਿਆ ਸੀ ਵੀ ਤੁਸੀਂ ਗੁੱਸੇ 'ਚ ਗਾਉਣਾ, ਠੀਕ ਹੈ, ਪੂਰਾ ਤੁੰਨ ਕੇ ਗਾਉਣਾ, ਬਟ ਜੋ ਕਲਮ ਚੱਲੀ ਹੈ ਨਾ ਜਿਸ ਬੰਦੇ ਦੀ, ਥੈਂਕ ਯੂ, ਉਹ ਇਹਨਾਂ ਦੀ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਇਹ ਕਿਉਂ ਲਿਖਿਆ ਗਾਣਾ? ਇਹਦੇ ਯਾਰ ਇਹ ਕੋਈ ਗਾਣਾ ਉਹ ਨਹੀਂ ਸੀਗਾ ਵੀ ਸਾਡਾ ਵਲਗਰ ਗਾਣਾ ਤਾਂ ਨਹੀਂ ਸੀਗਾ, ਨਹੀਂ ਵਲਗਰ ਨਹੀਂ ਸੀਗਾ, ਪਰ ਤੇ ਇਹ ਚੀਜ਼ ਸੀਗੀ, ਇਹ ਨਗੋਚਾਂ ਹੁੰਦੀਆਂ ਨੇ, ਨਗੋਚਾਂ ਆਪਣੇ ਪੰਜਾਬੀ ਦੇ ਵਿੱਚ ਨਾ ਸ਼ੁਰੂ ਤੋਂ ਰਹੀਆਂ ਨੇ। ਜੇ ਤੁਸੀਂ ਜਾਗੋ ਤੁਸੀਂ ਦੇਖੋਗੇ ਨਾ, ਨਾਨਕਾ ਦਾਦਕਾ ਦੀ ਨਗੋਚਾਂ ਨੇ, ਉਹ ਵੀ ਆਪਸ 'ਚ ਸਭ ਕੁਝ ਬੋਲਦੇ ਨੇ ਇੱਕ ਦੂਜੇ ਨੂੰ, ਬਾਅਦ 'ਚ ਫਿਰ ਪਿਆਰ ਇਕੱਠਾ ਨਾ, ਉਹ ਚੀਜ਼ ਸੀ। ਤੇ ਜੇਲ ਫੇਲ ਦਾ ਕਨਸੈਪਟ ਏਦਾਂ ਸੀਗਾ ਕਿ ਸੀਰੀਅਸ ਤੋਂ ਸ਼ੁਰੂ ਹੋਇਆ ਸੀਗਾ ਇਹ ਮੇਰੇ ਦਿਮਾਗ 'ਚ, ਜੋ ਸੀਗਾ ਕਿ ਹਾਂ ਵੀ ਜੇਲ ਨਹੀਂ ਹੁੰਦੀ ਹੈਗੀ ਜਦੋਂ ਦਿਲ ਟੁੱਟਦੇ ਨੇ, ਠੀਕ ਹੈ, ਕੋਈ ਕਸੂਰ ਤਾਂ ਹੁੰਦਾ ਕਿਸੇ ਨਾ ਕਿਸੇ ਦਾ, ਤੇ ਸੁਸਾਈਡ ਵੀ ਹੁੰਦੇ ਨੇ ਬਕਾਇਦਾ ਇਸ ਚੀਜ਼ 'ਚ ਨਾ। ਤੇ ਉੱਥੇ ਲਾਈਨ ਆਈ ਸੀ ਵੀ
ਵੀ ਦਿਲ ਤੋੜਨਾ ਤੈਨੂੰ ਜੇਲ੍ਹ ਹੋ ਜਾਵੇ ਹਨਾ, ਉਹਦੇ ਨਾਲ ਫੇਲ ਰਿਲੇਟ ਹੁੰਦਾ ਸੀ ਤੇ ਉਹ ਕੌਮਿਕ ਹੀ ਬਣਦਾ ਸੀਗਾ ਤੇ ਵਧੀਆ ਰਿਹਾ ਕੌਮਿਕ ਪਤਾ, ਨਹੀਂ ਤਾਂ ਉਹ ਗਾਣਾ ਚੱਲਣਾ ਨਹੀਂ ਸੀ ਬਹਿ ਜਾਂਦੇ ਚੁੱਪ ਕਰਕੇ। ਤੁਹਾਨੂੰ ਪਤਾ ਤਾਂ ਹੈ ਕੁੜੀਆਂ ਇੰਨੀਆਂ ਟੌਪ ਕਰਦੀਆਂ, ਤੁਸੀਂ ਤਾਂ ਉਹਨਾਂ ਨੂੰ ਫੇਲ ਹੀ ਕਰਾ ਦੇਣਾ ਤਾਂ ਤਾਂ ਨਹੀਂ ਤਾਂ ਨਹੀਂ ਨਾ ਟੌਪ ਫੇਲ ਹੁੰਦੀਆਂ ਨਹੀਂ ਹੈਗੀਆਂ। ਇਹ ਅਸੀਂ ਰੱਖਿਆ ਹੋਇਆ ਸੀਗਾ ਜੇ ਸਾਨੂੰ ਕੋਈ ਪੁੱਛਦਾ ਇੰਟਰਵਿਊ ਵੀ ਕੀ ਰੀਜ਼ਨ ਸੀਗਾ ਇਸ ਗਾਣੇ ਪਿੱਛੇ, ਉਹਦਾ ਰੀਜ਼ਨ ਹੋਰ ਹੈ। ਕੋਈ ਫੈਨਸ ਨੀ ਸੀਗਾ, ਇਹ ਨੀ ਸੀਗਾ, ਉਹ ਨੀ ਸੀਗਾ, ਬਟ ਜੋ ਮੇਨ ਗੱਲ ਹੈ ਨਾ ਉਹ ਹੈ ਨੀਤੂ। ਦਿਲ ਤੋੜਨ ਵਾਲੀ ਹੈ ਤੈਨੂੰ ਜੇਲ ਹੋ ਜਾਵੇ ਨੀਤੂ। ਸਾਨੂੰ ਵੀ ਗਾਣ ਤੋਂ ਬਾਅਦ ਪਤਾ ਲੱਗਿਆ ਕਰ, ਤੁਹਾਨੂੰ ਗੱਲ ਦੱਸਾਂ ਇਹ ਨੀਤੂ ਦਾ ਕਾਰ ਸੀ ਸਾਰਾ, ਮੈਂ ਕਿਹਾ ਨੀਤੂ ਕਹਿ ਰਿਹਾ ਮੈਂ ਨਾਮ ਵੀ ਪਾਇਆ, ਮੈਂ ਕਿੱਥੇ ਮੇਰਾ ਗਾਣਾ ਗਾ ਸੁਣਾ, ਜਦੋਂ ਤੁਸੀਂ ਮਤਲਬ ਇਕੱਠੇ ਹੋ ਪਹਿਲਾਂ ਤਾਂ ਤੁਹਾਡੀ ਫਰੈਂਡਸ਼ਿਪ ਬਹੁਤ ਵਧੀਆ ਹੈ, 8 ਸਾਲ ਤੱਕ ਇਕੱਠੇ ਹੋ ਨਾ ਤੁਸੀਂ, ਇਹ ਬਹੁਤ ਘੱਟ ਹੁੰਦਾ ਕਿ ਕੋਈ 8 ਸਾਲ ਤੱਕ ਫਰੈਂਡਸ਼ਿਪ ਨਿਭਾਵੇ। ਟੱਚ ਵੁੱਡ ਕਰ ਲਓ। ਜਦੋਂ ਆਪਾਂ ਸਾਡੇ ਪੰਜਾਬੀ ਇੰਡਸਟਰੀ ਵਿੱਚ ਵੀ ਕੋਈ 3 ਬਣ ਕੇ ਆਈ ਹੈ ਪਰ ਬਾਅਦ 'ਚ ਉਹ 2 ਹੋ ਜਾਂਦੇ ਨੇ, ਫਿਰ 1 ਹੋ ਜਾਂਦੇ ਨੇ, ਇਕੱਲੇ ਇਕੱਲੇ ਇੰਡੀਵਿਜੁਅਲ ਡੁੱਬ ਜਾਂਦੇ ਨੇ, ਫਿਰ ਡੁੱਬ ਜਾਂਦੇ। ਚਲੋ ਤੁਸੀਂ ਤਿੰਨਾਂ ਨੇ ਗਾਣੇ ਕੱਢੇ ਨੇ, ਤੁਸੀਂ ਤਿੰਨੋਂ ਇਕੱਠੇ ਫੇਮਸ ਹੋਏ ਹੋ ਹਨਾ, ਤੁਹਾਡੇ ਇਸ ਪਿੱਛੇ ਤੁਹਾਡੀ ਬੌਂਡਿੰਗ ਪਿੱਛੇ ਤੁਹਾਡੀ ਫਰੈਂਡਸ਼ਿਪ ਪਿੱਛੇ ਜੇ ਤੁਸੀਂ ਦੱਸੋਗੇ ਕਿ ਸਾਡਾ ਇਹ ਕਨਸੈਪਟ ਮਤਲਬ ਇਹ ਮੰਤਰਾ ਰਿਹਾ ਕਿ ਸਾਡੀ ਫਰੈਂਡਸ਼ਿਪ ਇੰਨੀ ਸਟਰੋਂਗ ਹੈ ਤੇ ਉਹ ਕੀ ਹੈ? ਇਹਦਾ ਜਵਾਬ ਇਹ ਦਊਗਾ ਮੈਂ ਇਹ ਦੱਸੂਗਾ ਵੀ ਅਸੀਂ ਪ੍ਰੋਫੈਸ਼ਨਲੀ ਇਕੱਠੇ ਨਹੀਂ ਹੋਏ ਸਭ ਤੋਂ ਵੱਡੀ ਗੱਲ, ਤੇ ਜਦੋਂ ਅਸੀਂ ਇਕੱਠੇ ਹੋਏ ਸੀ ਅਸੀਂ ਕਦੇ ਨਹੀਂ ਸੋਚਿਆ ਸੀ ਵੀ ਸਾਡੇ ਮਾਰਕੀਟ 'ਚ ਗਾਣੇ ਆਉਣਗੇ, ਸ਼ਾਇਦ ਇਹ ਰੀਜ਼ਨ ਹੈ ਜਿਹਦੇ ਕਰਕੇ ਅਸੀਂ ਅੱਜ ਦੇ ਟਾਈਮ 'ਚ ਅਸੀਂ ਅੱਜ ਤੱਕ ਇਕੱਠੇ ਹਾਂ। ਬਟ ਉਹ ਅਸੀਂ 6-6 ਸਾਲ ਹੋ ਗਏ ਸਾਨੂੰ ਇਕੱਠੇ ਰਹਿੰਦੇ ਨੂੰ, ਬਟ ਅਸੀਂ ਸ਼ੌਂਕ ਨੂੰ ਗਾਉਂਦੇ ਸੀ, ਬਾਈ ਲਿਖਦਾ ਸੀਗਾ, ਤੇ ਉਹਨਾਂ ਆਟੋਮੈਟਿਕਲੀ ਉਹ ਚੀਜ਼ ਹੋਈ ਵੀ ਅਸੀਂ ਸਟਰਗਲ ਜਦੋਂ ਕੀਤਾ ਵੀ ਅਸੀਂ ਤਿੰਨੇ ਹੀ ਜਾਂਦੇ ਹੁੰਦੇ ਸੀ ਸਟੇਜ 'ਤੇ, ਕੋਈ ਨੇੜੇ ਤੇੜੇ ਕਿਸੇ ਕਾਲਜ 'ਚ ਫੈਸਟ ਹੋਣਾ ਕਿਤੇ 5 ਮਿੰਟ ਗਾਉਣ ਦਾ ਮੌਕਾ ਮਿਲਦਾ, ਅਸੀਂ ਮੌਕਾ ਨਹੀਂ ਛੱਡਦੇ ਸੀਗੇ। ਸੋ ਉਹ ਉਹਨਾਂ ਵੇਲਿਆਂ 'ਚ ਨਾ ਅੰਡਰਸਟੈਂਡਿੰਗ ਚੱਲਦੀ ਰਹੀ ਉਹ ਇੰਨੀ ਮਤਲਬ ਵੱਧ ਗਈ ਕਿ ਹੁਣ ਅਸੀਂ ਇਕੱਠਿਆਂ ਨੇ ਜਿੰਨਾ ਵੀ ਕੰਮ ਕੀਤਾ ਹਾਲੇ ਤੱਕ ਕੋਈ ਕਨਫਲਿਕਟਸ ਆਏ ਨਹੀਂ ਹੈਗੇ, ਸਾਡੀਆਂ ਲੜਾਈਆਂ ਬਹੁਤ ਹੁੰਦੀਆਂ, ਲੜਾਈਆਂ ਵੱਧ ਹੁੰਦੀਆਂ, ਜ਼ਿਆਦਾਤਰ ਲੜਾਈ ਬੇਤੁੱਕੀ ਗੱਲਾਂ ਦੇ ਹੁੰਦੇ, ਕੋਈ ਮਤਲਬ ਤੁੱਕ ਨਹੀਂ, ਉਹ ਯਾਰੀ ਵਾਲੀ ਲੜਾਈ ਹੁੰਦੀ ਹੈ ਨਾ, ਮਜ਼ਾਕ ਉਹਨਾਂ ਉਹ ਜਿੰਨੀ ਕਿ ਚੱਲ ਸੀਰੀਅਸਲੀ ਵੀ ਲੜ ਪੈਂਦੇ ਆ ਅਸੀਂ, ਬਹੁਤ ਗੁੱਥਮ ਗੁੱਥੀ ਵੀ ਹੋ ਜਾਂਦੇ ਆ, ਬਟ ਸਾਨੂੰ ਅੱਖਾਂ ਵੀ ਸੁੱਜ ਜਾਂਦੀਆਂ, ਇੰਨਾ ਸਮਝਾਇਆ ਇੱਕ ਦੂਜੇ ਨੂੰ ਵੀ ਸਾਡੇ ਤਿੰਨਾਂ ਦਾ ਨਾ ਸਰ ਨਹੀਂ ਸਕਦਾ ਇੱਕ ਦੂਜੇ ਬਿਨਾਂ, ਕਿਉਂ ਕਿਉਂਕਿ ਤਿੰਨਾਂ ਨੂੰ ਖਾਸੀਅਤ ਪਤਾ ਬਾਕੀ 2 ਜਣੇ ਦੀ, ਇੱਕ ਹੁਣ ਮੈਨੂੰ ਪਤਾ ਵੀ ਬਾਈ ਦੀ ਕੀ ਖਾਸੀਅਤ ਹੈ ਤੇ ਇਹਦੀ ਕੀ ਖਾਸੀਅਤ ਹੈ ਮੇਰੀ ਲਾਈਫ 'ਚ, ਉਹ ਤਿੰਨਾਂ ਨੇ ਉਹ ਚੀਜ਼ ਸਮਝੀ ਹੋਈ ਹੈ ਤਾਂ ਕਰਕੇ ਅਸੀਂ ਤਿੰਨੋਂ ਇਕੱਠੇ, ਨਾਲੇ ਸਾਡੇ ਚੱਲਣ ਦਾ ਇੱਕ ਬਹੁਤ ਵੱਡਾ ਰੀਜ਼ਨ ਸੀਗਾ ਤਿੰਨੋਂ ਇਕੱਠੇ ਵੀ ਇੱਕ ਯੂਨੀਕਨੈਸ ਸੀ ਹੈ ਨਾ, ਜੋ ਚੱਲਦਾ ਸੀਗਾ ਉਹ ਅਸੀਂ ਥੋੜਾ ਟ੍ਰੈਂਡ ਚੇਂਜ ਕੀਤਾ ਹੈ ਨਾ, ਅਸੀਂ ਨਹੀਂ ਕੀਤਾ, ਰੱਬ ਨੇ ਕਰਾਇਆ, ਰੱਬ ਨੇ ਕਰਾਇਆ, ਲੋਕਾਂ ਨੇ ਦਿਲੋਂ ਥੈਂਕਸ ਹੈ ਜਿਨ੍ਹਾਂ ਨੇ ਸਾਨੂੰ ਐਕਸੈਪਟ ਕੀਤਾ ਵੀ ਅਸੀਂ ਜਿੱਦਾਂ ਵੀ ਆਏ ਜਿੱਦਾਂ ਵੀ ਹੁਣ ਹੈਗੇ ਆ ਤੇ ਉਹਨਾਂ ਨੇ ਪਿਆਰ ਦਿੱਤਾ ਤੇ ਇਦਾਂ ਹੀ ਵਧੀਆ ਵਧੀਆ ਚੀਜ਼ਾਂ ਉਹਨਾਂ ਨੂੰ ਸੁਣਾਉਂਦੇ ਰਵਾਂਗੇ। ਬਸ ਇੱਕ ਫਰੈਂਡਸ਼ਿਪ ਦੇ ਨਾਮ ਤੇ ਇੱਕ ਸਿਪ ਲੈ ਲਓ ਗ੍ਰੀਨ ਟੀ ਦਾ, ਲੈ ਲਓ ਜੀ, ਲੈ ਲਓ, ਦੇਖ ਲਓ ਤੁਸੀਂ ਕੱਪ ਬੜੇ ਸੋਹਣੇ ਨੇ, ਕੱਪ ਸੋਹਣੇ ਆ, ਤੂੰ ਆਡੀ ਗੱਲੀ ਭਰਾਵਾਂ ਨੇ ਦੋ ਕਾਲੇ ਚੱਕੇ, ਸਾਰੀ ਚੀਜ਼ ਸੋਹਣੀ ਆ, ਸਾਡੇ ਸੋਫੇ ਵੀ ਸੋਹਣੇ ਆ, ਐਂਕਰ ਵੀ ਸੋਹਣੀ ਆ, ਚਲੋ ਇਹ ਵੀ ਮੰਨ ਲਿਆ ਸੋਹਣੇ ਆ ਤੁਸੀਂ, ਹੋਰ ਦੱਸੋ, ਹੋਰ ਦੱਸੋ, ਹੋਰ ਕੀ ਖਾਣਾ ਤੁਸੀਂ, ਬਸ ਜ਼ਬਰਦਸਤੀ ਤਾਰੀਫ ਕਰਾਣੀ ਹੀ ਕਰਾਣੀ, ਨਹੀਂ ਨਹੀਂ ਸੋਹਣੇ ਹੋ ਜੀ ਤੁਸੀਂ ਅੱਜ ਜੀ, ਡਿਸਾਈਡ ਹੀ ਕਰ ਲਿਆ ਕਿ ਨਹੀਂ ਹੁਣ ਅਸੀਂ ਨਾ ਤਿੰਨਾਂ ਨੇ ਇਕੱਠੇ ਗਾਣਾ ਆ, ਹੁਣ ਅਸੀਂ ਗਾਣਾ ਵੀ ਕੱਢਣਾ ਹੈ, ਉਹ ਵੀ ਇਕੱਠੇ, ਨਹੀਂ ਵੈਸੇ ਅਸੀਂ ਕਦੇ ਐਡਾ ਸ਼ੋਰ ਨਹੀਂ ਸੀ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਤਿੰਨਾਂ ਨੇ ਇਕੱਠੇ ਕਰਨਾ, ਤਿੰਨਾਂ ਨੇ ਕਰਨਾ, ਉਹ ਕੜੀਆਂ ਜੁੜਦੀ ਰਹੀਆਂ, ਅਸੀਂ ਸਟੇਜਾਂ ਦੇ ਇਕੱਠੇ ਗਾਉਂਦੇ ਰਹੇ, ਸਾਨੂੰ ਇਕੱਠੇ ਵਧੀਆ ਹੱਲਾਸ਼ੇਰੀ ਮਿਲਦੀ ਰਹੀ ਲੋਕਾਂ ਤੋਂ ਹੈ ਨਾ, ਅਤੇ ਜਦੋਂ ਅਸੀਂ ਸੋਨੀ ਮਿਊਜ਼ਿਕ ਕੋਲੇ ਸਾਈਨ ਸੀਗੇ ਅਤੇ ਉੱਥੇ ਜਾ ਕੇ ਵੀ ਜਦੋਂ ਅਸੀਂ 3 ਜਣੇ ਇਕੱਠੇ ਹੋਏ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਕੱਲੇ ਇਕੱਲੇ ਟਰੈਕ ਕਿਉਂ ਕਰਦੇ ਪਏ ਹੋ, ਵੀ ਤੁਸੀਂ ਇਕੱਠੇ ਕਰੋ ਕੁਛ ਵੀ, ਤੁਸੀਂ ਇਕੱਠਿਆਂ ਨੇ ਰਜਿਸਟਰਡ ਹੋਣਾ ਅਤੇ ਇਕੱਠੇ ਆਓ,
ਤੇ ਉਦੋਂ ਅਸੀਂ ਦਿਮਾਗ ਲਾਇਆ ਕਿ ਇੱਕ ਟਰੈਕ ਨੂੰ ਹੀ ਤਿੰਨ ਜਣੇ ਗਾਵਾਂਗੇ ਤੇ ਸਾਰੀ ਕਾਰਡ ਸੀਗੀ ਮਿਸਟਰ ਵੀਗਰੂਸ ਦੀ ਮਿਸਟਰ ਵੀਗਰੂਸ ਦਾ ਬਹੁਤ ਬਹੁਤ ਵੱਡਾ ਹੱਥ ਸੀਗਾ ਬਹੁਤ ਵੱਡਾ ਹਾਂ ਬਾਈ ਨੇ ਮੈਟਰ ਚੂਜ਼ ਕਰਵਾਇਆ ਤੇ ਸਾਰਾ ਕੀਤਾ ਤੇ ਬਾਕੀ ਲਿਖਣ ਵਾਲਾ ਬੰਦਾ ਉਹ ਬੈਠਾ ਮੈਂ ਵੀ ਉਹਦਾ ਕਾਫੀ ਗੱਲ ਕਰੋ ਕਾਫੀ ਨਹੀਂ ਸੌਰੀ ਗ੍ਰੀਨ ਟੀ ਤੁਹਾਨੂੰ ਦੋ ਮਿੰਟ ਛੱਡਣੀ ਵੀ ਪੈਣੀ ਕਿਉਂਕਿ ਨਾ ਭੰਗੜੇ ਤੁਸੀਂ ਸਾਰੇ ਤੁਸੀਂ ਸਾਰੇ ਭੰਗੜੇ ਦੇ ਗਾਣੇ ਗਾਏ ਆ ਹਨਾ ਮਤਲਬ ਭੰਗੜੇ ਫੋਕ ਦੇ ਨਾਲ ਜੁੜੇ ਹੋਏ ਆ ਤੁਸੀਂ ਹਨਾ ਤੇ ਹੁਣ ਮੈਂ ਚਾਹੁੰਦੀ ਆ ਕਿ ਅਸੀਂ ਬ੍ਰੇਕ ਲੈਣ ਲੱਗੇ ਆ ਤੇ ਤੁਸੀਂ ਫੋਕ ਗਾਣਾ ਸੁਣਾ ਦਿਓ ਫੋਕ ਗਾਣਾ ਸੁਣਾ ਦਿਓ ਉਹ ਦੱਸ ਦਿੰਦੇ ਆ ਅਸੀਂ ਖਾਲਸਾ ਕਾਲਜ ਪੜ੍ਹੇ ਆ ਚੰਡੀਗੜ੍ਹ ਦੇ ਵਿੱਚ ਤੇ ਅਸੀਂ ਤਿੰਨੋਂ ਭੰਗੜੇ ਦੇ ਪਲੇਅਰ ਰਹੇ ਆ ਹਾਂਜੀ ਆ ਬੋਲੀਆਂ ਪਾਉਂਦਾ ਰਿਹਾ ਤੇ ਅਸੀਂ ਨੱਚਦੇ ਰਹੇ ਆ ਅੱਛਾ ਤੇ ਸਾਡਾ ਸ਼ੁਰੂ ਤੋਂ ਵਾਸਤਾ ਇਹ ਚੀਜ਼ ਦਾ ਘੱਟੋ ਘੱਟ ਪਿਛਲੇ 8 ਸਾਲਾਂ ਤੋਂ ਤਾਂ ਹੈਗਾ ਤੇ ਅਸੀਂ ਪਹਿਲਾਂ ਫੋਕ ਗਾਇਆ ਆ ਥੋੜਾ ਕਮਰਸ਼ੀਅਲ ਗਾਣੇ ਸੀਗੇ ਗਾਣੇ ਬਟ ਫੋਕ ਤੋਂ ਸਿੱਖਿਆ ਅੱਛਾ ਫੋਕ ਤੋਂ ਸਿੱਖਿਆ ਤੇ ਅੱਗੇ ਕੁਝ ਕਰਾਂਗੇ ਫੋਕ ਲਈ ਲੈ ਕੇ ਆਵਾਂਗੇ ਹਾਂ ਅਸੀਂ ਜੋ ਪਲੈਨਿੰਗ ਕਰਕੇ ਬੈਠੇ ਆ ਸਾਨੂੰ ਮੌਕਾ ਮਿਲੇ ਤਾਂ ਪਲੈਨਿੰਗ ਬਹੁਤ ਕਰਦੇ ਆਪਾਂ ਸਾਡੀ ਸੈਟ ਤੇ ਬੈਠ ਦਿਓ ਸਰ ਅਸੀਂ ਪਲੈਨਿੰਗ ਪੂਰੀ ਕਰੀ ਦੀ ਫੀਲਿੰਗ ਪੂਰੀ ਫੀਲਿੰਗ ਪੂਰੀ ਜੀ ਇੱਥੋਂ ਵਾਲੇ ਆ ਜਾਓ ਫਿਰ ਬੋਲਨੀਆਂ ਸੁਣਾਓ ਨੀਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਣੀ ਸ਼ੀਸ਼ਾ ਵੇਖ ਕੇ ਕਲਿੱਪ ਪਈ ਲਾਵਾ ਅੱਜ ਮੇਰੇ ਮਾਈਆ ਬਣਾਓਏ ਸ਼ੀਸ਼ਾ ਦੇਖ ਕੇ ਦਿੜਕ ਗਿਆ ਗਜਰਾ ਰੂਪ ਨੂੰ ਰਾਸ ਸਕਿਆ ਮੈਨੂੰ ਲੱਗਦਾ ਵੈਸੇ ਜਿਹੜਾ ਕੋਈ ਸਸਪੈਂਸ ਆ ਨਾ ਉਹਦੇ ਚ ਮੈਂ ਹੀ ਆਪਾਂ ਤਾਂ ਖਵਾਣੀਆਂ ਨੇ ਬਸ ਮੈਂ ਤੁਹਾਨੂੰ ਦੱਸਦਾ ਚਲੋ ਹੁਣ ਹਾਂਜੀ ਕੁੜੀਆਂ ਦੀ ਐਕਟਿੰਗ ਕਰਵਾਨੀ ਆ ਪਰ ਮੈਂ ਬ੍ਰੇਕ ਲਵਾਂਗੀ ਪਹਿਲਾਂ ਜ਼ਰੂਰ ਜ਼ਰੂਰ ਪਲੀਜ਼ ਲੈ ਲੈ ਇੱਕ ਛੋਟਾ ਜਿਹਾ ਬ੍ਰੇਕ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਤੇ ਹੁਣ ਮੈਂ ਫਿਰ ਤੋਂ ਚੱਲੀ ਹਾਂ ਦਾ ਲੈਂਡਰਸ ਦੇ ਕੋਲ ਬ੍ਰੇਕ ਤੋਂ ਪਹਿਲਾਂ ਮੈਂ ਬੋਲਿਆ ਸੀ ਕਿ ਤੁਸੀਂ ਕੁੜੀਆਂ ਦੀ ਐਕਟਿੰਗ ਕਰਦੇ ਹੋ ਤੁਸੀਂ ਆਪ ਹੀ ਕਹਿਤਾ ਆਪ ਹੀ ਫਸ ਗਏ ਹੁਣ ਤੁਸੀਂ ਕੁੜੀਆਂ ਦੀ ਐਕਟਿੰਗ ਕਰਕੇ ਵਿਖਾਓ ਕੈਂਡ ਕਰਦਾ ਯਾਰ ਕੋਈ ਚੱਕਰ ਨਹੀਂ ਕਰ ਸ਼ਾਬਾਸ਼ ਹੱਲਾ ਸ਼ਰੀਆ ਦੇ ਥਾਪੜਾ ਨਹੀਂ ਮੈਂ ਉਹ ਦੱਸ ਦਿੰਦਾ ਕੁੜੀਆਂ ਦੀ ਐਕਟਿੰਗ ਨਹੀਂ ਸੀ ਉਹ ਝੁੰਮਰ ਪਾਉਂਦੇ ਹੁੰਦੇ ਨਹੀਂ ਹੁਣ ਤੁਸੀਂ ਕੀ ਕੁੜੀ ਦੀ ਮੈਂ ਦੱਸ ਰਿਹਾ ਐਕਟਿੰਗ ਸੀ ਐਦਾਂ ਨਹੀਂ ਮੁੱਕਰਨਾ ਸਹੀ ਮੇਰੇ ਮੁੱਕਰ ਨਹੀਂ ਰਿਹਾ ਉਹਦੇ ਚ ਜਦੋਂ ਝੁੰਮਰ ਦਾ ਕੰਪੀਟੀਸ਼ਨ ਹੁੰਦਾ ਸੀਗਾ ਉਹਦੇ ਚ ਦੋ ਬੋਲੀਆਂ ਹੁੰਦੀਆਂ ਸੀ ਜਿਹਦੇ ਚ ਮੁੰਡੇ ਠੁਮਕੇ ਵੀ ਮਾਰਦੇ ਸੀਗੇ ਝੁੰਮਰ ਚ ਤੇ ਕੁੜੀਆਂ ਦੀ ਨਕਲਾਂ ਵੀ ਲਾਉਂਦੇ ਸੀ ਸਾਰਾ ਕੁਝ ਹੁੰਦਾ ਹੁੰਦਾ ਅੱਛਾ ਅੱਛਾ ਮੈਂ ਤਿਆਰ ਹਾਂ ਤੂੰ ਆਪਦੀ ਗੱਲ ਅੱਜ ਮੇਰੇ ਤੋਂ ਕੁਝ ਕਰਾਉਂਗੇ ਚੱਲ ਬੋਲੀ ਪਾ ਫਿਰ ਬੋਲੀ ਨਾਲ ਜਾਊਗੀ ਨਾ ਫਿਰ ਉਸ ਨਾਲ ਫਲੋ ਫਲੋ ਚਾਹੂ ਸਾਰਾ ਕੁਝ ਚੱਲ ਦੁਬਾਰਾ ਚਲੋ ਚਲੋ ਇੱਕ ਮੇਰੀ ਆਣਦੇ ਉਹੀ ਬੈਠੇ ਬੈਠੇ ਕਰਨੀ ਪੈਣੀ ਨਾ ਹਾਂ ਹਾਂ ਪ੍ਰੋਪਰ ਉਹ ਕੈਮਰੇ 'ਚ ਦੇਖ ਕੇ ਚੱਲ ਹੁਣ ਮੈਂ ਝੁੰਮਰ ਹੁਣ ਮੈਨੂੰ ਕਾਲਜ ਯਾਦ ਆ ਗਿਆ ਚੱਲ 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 ਸ਼ਾਬਾਸ਼ ਹਾਂ ਚਲੋ ਨੀਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਬੋਂਦੀ ਨੇ ਧਿਆਨ ਜਦੋਂ ਮਾਰ ਨੀਕ ਮੇਰੀ ਅੱਖ ਬਸ ਹੁਣ ਮੈਂ ਫਿਰ ਤੋਂ ਤੁਹਾਡੀ ਕਾਲਜ ਲਾਈਫ ਵੱਲ ਜੇ ਵਾਪਸ ਜਾਵਾਂ ਤੇ ਤੁਸੀਂ ਮੈਂ ਸੁਣਿਆ ਕਿ ਤੁਸੀਂ ਬਹੁਤ ਪੋਲੀਟਿਕਲੀ ਮਤਲਬ ਪੋਲੀਟਿਕਸ 'ਚ ਸੀਗੇ ਆਪਣੀ ਕਾਲਜ ਦੇ ਵਿੱਚ ਹਨਾ ਠੀਕ ਹੈ ਪ੍ਰੈਜ਼ੀਡੈਂਟ ਉਸ ਟਾਈਮ ਦੇ ਸਾਡੀ ਪਾਰਟੀ ਦਾ ਨਾ
ਪ੍ਰੈਜ਼ੀਡੈਂਟ ਜਿੱਤਿਆ ਨਹੀਂ ਬਟ ਵਾਈਸ ਪ੍ਰੈਜ਼ੀਡੈਂਟ ਜਿੱਤ ਗਿਆ ਪਹਿਲੀ ਵਾਰੀ ਹੋਇਆ ਇਤਿਹਾਸ 'ਚ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਤੇ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਵੀ ਮੈਂ ਕਿਹਾ ਫੋਨ ਮੈਂ ਕਿਹਾ ਗੱਲਾਂ ਹੋਈਆਂ ਮੈਂ ਕਿਹਾ ਟਾਈਮ ਟੂਮ ਬੰਨਿਆ ਉਹਦਾ ਮੈਂ ਕਿਹਾ ਇਹ ਅੱਜ ਜਾ ਵੀ ਰਿਹਾ ਮੈਂ ਕਿਹਾ ਪੂਰਾ ਚੌੜ ਕਰਕੇ ਅੰਦਰੋਂ ਤਾਂ ਕੰਬ ਰਹਿਣਾ ਮੈਨੂੰ ਪਤਾ ਮੈਂ ਨਾ ਦਿਮਾਗ ਲਾਇਆ ਮੈਂ ਦਿਮਾਗ ਲਾਇਆ ਮੈਂ ਐਂਡਾ ਇੰਨੀ ਜ਼ਬਾਨ ਦਿੱਤੀ ਨਾ ਇਹਨੇ ਪਰਲੀ ਪਾਰਟੀ ਨੂੰ ਵੀ ਮੈਂ ਇਕੱਲਾ ਹੀ ਆਊਂਗਾ ਦੇਖੀ ਜਾਊਗੀ ਮੈਂ ਦੇਖ ਰਿਹਾ ਬੰਦੇ ਨੂੰ ਕੀ ਹੋਗਾ ਵੀ ਤਾਂ ਇਹਨੇ ਹੈ ਮੈਂ ਉਹਨੂੰ ਐਡਾ ਤਿਆਰ ਹੋਇਆ ਅੱਜ ਤਾਂ ਇਹਦਾ ਕਟਾਪਾ ਪੱਕਾ ਆਪਾਂ ਦੇਖਣ ਆਉਂਦੇ ਮਰਜ਼ੀ ਹੋ ਜੀ ਨਾ ਮੈਂ ਦਿਮਾਗ ਬੜਾ ਲਾਇਆ ਮੈਂ ਨਾ ਕਾਲਜ ਦੀ ਜਿਹੜਾ ਕੈਂਪਸ ਹੁੰਦਾ ਨਾ ਮੈਂ ਰਿਹਾ ਕੈਮਰੇ ਦੇ ਅੰਦਰ ਅੰਦਰ ਜਿੱਥੇ ਇੱਕ ਤਾਂ ਕੈਮਰਾ ਹੈ ਨਾ ਮੈਂ ਉੱਥੋਂ ਨਹੀਂ ਲਿਆ ਗਿਆ ਮੈਂ ਕਿਹਾ ਕੈਮਰੇ ਤੇ ਮੂਹਰੇ ਨਹੀਂ ਘੁੱਟ ਸਕਦੇ ਮੇਰੇ ਕੋਲ ਪ੍ਰੂਫ ਰਹੂਗਾ ਵਾਪਸ ਮੁੜਿਆ ਟੇਕ ਯੋਰ ਟਾਈਮ ਹਾਂਜੀ ਹੁਣ ਸਵਾਲ ਦੱਸੋ ਕੀ ਸੀਗਾ ਕਾਫੀ ਪੀਓ ਨਹੀਂ ਨਹੀਂ ਕੋਈ ਨਾ ਇਟਸ ਓਕੇ ਤੁਸੀਂ ਪੀਓ ਗ੍ਰੀਨ ਟੀ ਹੈ ਗ੍ਰੀਨ ਸੌਰੀ 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 ਇਲੈਕਸ਼ਨ ਵਾਲਾ ਤੁਸੀਂ ਗਾਣਾ ਕੱਢਿਆ ਹਨਾ ਉਹਦੀ ਆਡੀਓ ਸੀ ਪਰ ਵੀਡੀਓ ਮਤਲਬ ਤੁਸੀਂ ਨਹੀਂ ਕੀਤੀ ਕਿਉਂ ਉਹ ਵੀਡੀਓ ਚ ਸਾਰੇ ਇਕੱਠੇ ਕਰਨੇ ਔਖੇ ਹੋਣੇ ਸੀ ਸਾਰੀ ਪਾਰਟੀਆਂ ਕਿੱਥੋਂ ਮੈਂ ਇਕੱਠੀ ਕਰਦੀ ਫਿਰ ਨਹੀਂ ਉਹ ਬੇਸਿਕਲੀ ਸਾਡਾ ਐਕਸਪੈਰੀਮੈਂਟ ਜਿਹਾ ਸੀਗਾ ਸਾਨੂੰ ਨਹੀਂ ਸੀ ਪਤਾ ਗਾਣਾ ਇੰਨਾ ਕਲਿੱਕ ਹੋਊਗਾ ਬਟ ਉਹ ਬਹੁਤ ਜ਼ਿਆਦਾ ਕਲਿੱਕ ਹੋਇਆ ਬਹੁਤ ਜ਼ਿਆਦਾ ਉਹਦੀ ਇਹ ਖਾਸੀਅਤ ਹੈ ਵੀ ਹਰੇਕ ਸਾਲ ਇਲੈਕਸ਼ਨ ਹੁੰਦੇ ਨੇ ਉਹ ਡੇਢ ਮਹੀਨੇ ਦੇ ਦੌਰ 'ਚ ਉਹ ਗਾਣਾ ਚੱਲਦਾ ਹੀ ਉਹਦੇ ਉਹਦੇ ਪਿੱਛੇ ਵੀ ਜੋ ਉਹ ਹੈ ਨਾ ਇੱਕ ਕਹਾਣੀ ਹੈ ਕਿ ਸਾਡੇ ਸਾਰੇ ਗਾਣੇ ਤਿਆਰ ਹੋ ਗਏ ਸੀਗੇ ਇੱਕ ਗਾਣਾ ਤਿਆਰ ਕਰਨ ਨੂੰ ਰਹਿੰਦਾ ਸੀਗਾ ਤੇ ਅਸੀਂ ਬੈਠੇ ਸੀਗੇ ਤਿੰਨੋ ਜਣੇ ਵੀਕਰਸ ਬਾਈ ਵੀ ਬੈਠਾ ਸੀਗਾ ਖੱਜਲ ਹੋਏ ਪਏ ਯਾਰ ਵੀ ਹੁਣ ਕਿਹੜਾ ਗਾਣਾ ਕਰੀਏ ਯਾਰ ਸਮਝ ਨਹੀਂ ਆ ਰਿਹਾ ਸਮਝ ਨਹੀਂ ਆ ਰਿਹਾ ਇੱਕ ਹੋਰ ਗਾਣਾ ਤਿਆਰ ਕਰ ਲਿਆ ਉਹਦੀ ਡੰਮੀ ਵੀ ਕਰ ਲਈ ਇੱਕੋ ਤੋਂ ਯਾਦ ਆਇਆ ਵੀ ਇਲੈਕਸ਼ਨ ਵੀ ਤਾਂ ਪਿਆ ਆਪਣੇ ਕੋਲ ਹਨਾ ਕੁਦਰਤੀ ਇਲੈਕਸ਼ਨ ਕਰ ਲਿਆ ਤੇ ਉਹ ਇੰਨਾ ਚੱਲ ਗਿਆ ਇੰਨਾ ਚੱਲ ਗਿਆ ਵੀ ਅਸੀਂ ਦਿੱਲੀ ਸ਼ੋਅ ਲਾਣ ਗਏ ਉੱਥੇ ਸਾਨੂੰ ਕਹਿੰਦੇ ਬਾਈ ਤੁਹਾਨੂੰ ਇੱਕੋ ਗਾਣੇ ਨੇ ਬੁਲਾਇਆ ਬਸ ਇਲੈਕਸ਼ਨ ਕਰਕੇ ਇਲੈਕਸ਼ਨ ਸੁਣਾ ਦੇ ਬਸ ਸਾਨੂੰ ਵਿਆਹਾਂ ਤੇ ਡਿਮਾਂਡ ਆਉਂਦੀ ਹੈ ਵਿਆਹ ਤੇ ਸ਼ੋਅ ਲਾ ਰਹੇ ਨਾ ਕੰਨ 'ਚ ਵੀ ਹੁਣ ਬਾਈ ਕੁਛ ਬੋਲੂਗਾ ਕੋਈ ਮਾਨਕ ਸਾਹਿਬ ਦਾ ਸੁਣਾਓ ਕੁਛ ਕੁਛ ਸੁਣਾਓ ਇਲੈਕਸ਼ਨ ਨਾ ਹੋਇਆ ਇਲੈਕਸ਼ਨ ਗਾਣਾ ਸੁਣਾ ਦਿਓ ਫਿਰ ਪੁੱਛ ਰਹੇ ਹੋ ਯਾਰ ਸਟਾਰਟਿੰਗ ਕਿੱਥੋਂ ਇਲੈਕਸ਼ਨ ਦੀ ਅੱਛਾ ਤੇ ਉਸ ਤੋਂ ਬਾਅਦ ਹੁਣ ਮੈਂ ਗੱਲ ਕਰਾਂਗੀ ਜਦੋਂ ਤੁਸੀਂ ਵੀ ਲਿਰਿਕਸ ਲਿਖਦੇ ਹੋ ਤੁਸੀਂ ਲਿਰਿਕਸ ਲਿਖਦੇ ਹੋ ਹਮੇਸ਼ਾ ਜਦੋਂ ਗਾਣਾ ਤਿਆਰ ਹੋ ਗਿਆ ਹਨਾ ਉਸ ਵਕਤ ਇੱਕ ਹੁੰਦਾ ਕਿ ਇੱਕ ਲਾਈਨ ਤੇਰੀ ਇੱਕ ਲਾਈਨ ਤੇਰੀ ਇੱਕ ਲਾਈਨ ਤੇਰੀ ਹਨਾ ਤੁਸੀਂ ਕਿਵੇਂ ਡਿਸਾਈਡ ਕਰਦੇ ਹੋ ਇਹ ਲਾਈਨ ਮੈਂ ਗਾਉਂਗਾ ਕਹਾਣੀ ਘਰ ਘਰ ਕੀ ਮੈਨੂੰ ਸੀਰੀਅਲ ਯਾਦ ਆ ਗਿਆ ਨਾ ਕਹਾਣੀ ਘਰ ਘਰ ਕੀ ਅੱਛਾ ਕਹਾਣੀ ਘਰ ਘਰ ਦੀ ਹਨਾ ਇਸ ਵਿੱਚ ਤੁਹਾਡਾ ਡਾਂਸ ਯੂਨੀਕ ਹੈ ਤੁਸੀਂ ਇੱਕ ਐਕਸਪੈਰੀਮੈਂਟ ਕੀਤਾ ਹੈ ਹਨਾ ਇੱਕ ਨਹੀਂ ਬਹੁਤ ਐਕਸਪੈਰੀਮੈਂਟ ਬਹੁਤ ਜ਼ਿਆਦਾ ਐਕਸਪੈਰੀਮੈਂਟ ਕੀਤਾ ਹੈ ਕਿ ਤੁਸੀਂ ਕਿਡਨੈਪ ਹੋ ਗਏ ਹੋ ਨਾਮ ਵੀ ਚੇਂਜ ਕਰ ਰਹੇ ਆ ਆਪਣਾ ਕੀ ਦਾ ਐਕਸਪੈਰੀਮੈਂਟ ਅੱਛਾ ਉਹ ਬਸ ਇਹ ਬਕਾਰ ਗੱਲ ਸੀ ਗਲਤੀ ਮੈਂ ਲੱਗ ਕੇ ਤੇ ਉਹੀ ਗੱਲ ਕਰ ਰਿਹਾ ਸੌਰੀ ਸੌਰੀ ਚਲੋ ਤੁਸੀਂ ਐਕਸਪੈਰੀਮੈਂਟ ਕੀਤਾ ਇਸ Song ਦੇ ਵਿੱਚ ਹਨਾ ਤੁਸੀਂ ਡਾਂਸ ਵੀ ਮਤਲਬ ਬਹੁਤ ਯੂਨੀਕ ਕੀਤਾ ਮੈਨੂੰ ਬਹੁਤ ਪਸੰਦ ਆਇਆ ਮੈਂ ਹਮੇਸ਼ਾ ਦੇਖਦੀ ਹਾਂ ਗਾਣਾ ਹਜੇ ਤੁਹਾਡਾ ਇੰਟਰਵਿਊ ਲੈਣਾ ਸੀ ਨਾ ਮੈਂ ਕਿਹਾ ਚਲੇ ਗਾਣਾ ਫਿਰ ਤੋਂ ਦੇਖਣ ਦਾ ਮੌਕਾ ਮਿਲ ਗਿਆ ਮੈਂ ਦੇਖੂੰਗੀ ਹਨਾ ਤੇ ਉਸ ਦੇ ਲਈ ਮੈਂ ਸੱਚੀ ਜਾਣਨਾ ਚਾਹੂੰਗੀ ਇਦਾਂ ਦਾ ਕਨਸੈਪਟ ਕਿਹਦੇ ਦਿਮਾਗ 'ਚ ਆਇਆ ਸੀ ਕਿ ਇੱਦਾਂ ਦਾ ਐਕਸਪੈਰੀਮੈਂਟ ਅਸੀਂ ਕਰਨਾ ਆ ਵੀਡੀਓ ਦਾ ਜੀ ਸਾਰਾ ਸ਼੍ਰੇ ਨਵਜੀਤ ਬੁੱਟਰ ਜੀ ਅੱਛਾ ਬਿਲਕੁਲ ਜੀ ਪ੍ਰੋਫੈਸ਼ਨਲੀ ਮਤਲਬ ਪਹਿਲੀ ਵਾਰੀ ਬਾਈ ਨਾਲ ਕੰਮ ਕੀਤਾ ਪ੍ਰੋਫੈਸ਼ਨਲੀ ਬਹੁਤ ਜ਼ਿਆਦਾ ਸਟਰੋਂਗ ਆ ਬਾਈ ਟੈਕਨੀਕਲੀ ਵੀ ਬਹੁਤ ਜ਼ਿਆਦਾ ਸਟਰੋਂਗ ਆ ਅਤੇ ਕਨਸੈਪਟ ਜਦੋਂ ਪਹਿਲਾਂ ਬਾਈ ਨੇ ਸੁਣਾਇਆ ਅਸੀਂ ਐਂ ਕਿਹਾ ਸੀ ਵੀ ਭਾਅ ਜੀ ਸਾਡੀ ਇਹ ਛਾਪ ਰਹੀ ਹੈ ਵੀ ਅਸੀਂ ਕੁਛ ਡਿਫਰੈਂਟ ਕਰਦੇ ਰਹੇ ਠੀਕ ਹੈ ਅਤੇ ਹੁਣ ਇੱਕ ਤਾਂ ਸਾਲ ਬਾਅਦ ਵਾਪਸੀ ਹੈ ਠੀਕ ਹੈ ਅਤੇ ਹੁਣ ਵੀਡੀਓ 'ਚ ਆਪਾਂ ਪੂਰਾ ਦਿਖਾਉਣਾ ਆਪਣਾ ਵੀ ਹੁਣ ਤੁਸੀਂ ਡਿਫਰੈਂਟ ਚੀਜ਼ ਦਿਖਾਉਣੀ ਹੈ ਅਤੇ ਕਨਸੈਪਟ ਉੱਦਾਂ ਦਾ ਰੱਖਿਆ ਸੀ ਬਸ ਇੰਨੀ ਗੱਲ ਕਹੀ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਕਨਸੈਪਟ ਸੁਣਾਇਆ ਮਤਲਬ ਬੰਦਾ ਦੂਰ ਦੂਰ ਤੱਕ ਵੀ ਨਹੀਂ ਸੋਚ ਸਕਦਾ ਵੀ ਇਹ ਗਾਣੇ ਨੂੰ ਇੱਦਾਂ ਰਿਲੇਟ ਕੀਤਾ ਜਾ ਸਕਦਾ ਅਤੇ ਉਹ ਬਾਈ ਨੇ ਸਾਰਾ ਕੁਛ ਕਨਸੈਪਟ ਬਣਾਇਆ ਸਾਰਾ ਸੁਣਾਇਆ ਤੇ ਬਾਖੂਬੀ ਜੋ ਉਹਨਾਂ ਨੇ ਦੱਸਿਆ ਸੀਗਾ ਉਹਦੇ ਨਾਲ ਵਧੀਆ ਦਿਖਾਇਆ ਵੀ ਉਹਨਾਂ ਬਿਲਕੁਲ ਹਾਂ ਬਹੁਤ ਵਧੀਆ ਦਿਖਾਇਆ ਡਾਂਸ ਦੀ ਜਿਹੜੀ ਗੱਲ ਹੈ ਸਾਡੇ ਜਿਹੜੇ ਪਹਿਲੇ 3 ਗਾਣੇ ਸੀਗੇ ਉਹਨਾਂ 'ਚ ਵੀ ਅਸੀਂ ਡਾਂਸ ਕਰਦੇ ਸੀ ਬਟ ਨਾ ਛੋਟਾ ਛੋਟਾ ਸੀ ਬਿਲਕੁਲ ਹਾਂ ਛੋਟਾ ਛੋਟਾ ਸੀ ਅਸੀਂ ਆਪੇ ਹੀ ਕਰਦੇ ਸੀ ਭੰਗੜਾ ਕਰਦੇ ਸੀ ਬੇਸਿਕਲੀ ਬਟ ਇਸ ਇਹ ਨਹੀਂ ਕਹੂੰਗਾ ਅਸੀਂ ਸਾਰਾ ਕੁਝ ਆਪੇ ਕੀਤਾ ਕੋਰੀਓਗ੍ਰਾਫਰ ਸੀਗੇ ਬਕਾਇਦਾ ਕੀ ਨਾਮ ਸੀ ਬਾਈ ਦਾ ਹਨੀ ਹਨੀ ਬਾਈ ਸੀਗੇ ਤੇ ਉਹਨਾਂ ਨੇ ਸਟੈਪਸ
ਅਸੀਂ ਕਰ ਲਏ ਤੇ ਕਰਵਾਏ ਉਹਨਾਂ ਨੇ ਸਾਰੀ ਤਿਆਰੀ ਉਹਨਾਂ ਦੀ ਸੀ ਔਨ ਦਾ ਸਪੋਟ ਬਣੇ ਨਾਲੇ ਸਾਰੇ ਸਟੈਪ ਤੇ ਬੜੇ ਅਜੀਬ ਅਜੀਬ ਜੇ ਬਣਵਾਏ ਵੀ ਬਾਈ ਨੇ ਅੱਧੇ ਕੁ ਤੱਕ ਟਵਾਏ ਵੀ ਦੋ ਤਿੰਨ ਤੱਕ ਟਵਾਏ ਅਸੀਂ ਤੇ ਕਰਾਏ ਇੰਨੇ ਆ ਕਿ ਬਸ ਪਸੀਨਾ ਕਢਵਾਤਾ ਸਾਡਾ ਬਹੁਤ ਸਟੈਪ ਕਰਵਾਏ ਜੀ ਪਤਾ ਨਹੀਂ ਮੈਨੂੰ ਆ ਵੀ ਕਰ ਲਓ ਆ ਵੀ ਕਰ ਲਓ ਜਾਂ ਤਾਂ ਉਹਨਾਂ ਨੂੰ ਇਹ ਸੀਗਾ ਵੀ ਉਹਨਾਂ ਨੂੰ ਆਰਟਿਸਟ ਮਿਲ ਗਏ ਕਰਨ ਵਾਲੇ ਜਿਹੜੇ ਚੱਲ ਕਰ ਲੈਂਦੇ ਨੇ ਨਾ ਕਰਾਈ ਚਲੋ ਵਿਹਲੇ ਹੀ ਨੇ ਐ ਕਰੋ ਇਹ ਵੀ ਕਰ ਲਓ ਐ ਕਰੋ ਇਹ ਵੀ ਕਰ ਲਓ ਐ ਕਰੋ ਇਹ ਵੀ ਕਰ ਲਓ ਸਾਰਾ ਕੁਝ ਕਰ ਲਓ ਅੱਛਾ ਮਤਲਬ ਅਗਲੇ ਗਾਣੇ ਡਾਂਸ ਛੱਡੋ ਹੀ ਨਾ ਅੱਛਾ ਡਾਂਸ ਛੱਡੋ ਹੀ ਨਾ ਹੁਣ ਨਾ ਇੱਕ ਇਦਾਂ ਕਿ ਖੜੇ ਤਾਂ ਤੁਸੀਂ ਮਤਲਬ ਅਸੀਂ ਨਹੀਂ ਕਰਵਾ ਸਕਦੇ ਨਾ ਹਜੇ ਤੁਹਾਨੂੰ ਤੇ ਤੁਸੀਂ ਬੈਕ ਕੇ ਉਹ ਸਟੈਪ ਕਰਦੇ ਸਰ ਇਦਾਂ ਦਾ ਜਿਹੜੇ ਉਹੀ ਪਤਾ ਨਹੀਂ ਕਿਹੜਾ ਹੈ ਇਦਾਂ ਹਾਂ ਇੱਕ ਟਿਕ 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 ਤਿੰਨੋਂ ਇਕੱਠੇ ਤਿੰਨੋਂ ਇਕੱਠੇ 1 2 3 ਪਹਿਲਾਂ ਰਾਈਟ ਗੇਅਰ ਨਾ ਲੈਫਟ ਗੇਅਰ ਪਹਿਲਾਂ ਰਾਈਟ ਗੇਅਰ ਓਕੇ 1 2 3 ਗੋ ਟੈਨ ਟੈਨ ਟਕ ਟੈਨ ਟੈਨ ਟਕ ਵਾਸ ਬਹੁਤ ਵਧੀਆ ਸੀ ਚਲੋ ਹੁਣ ਮੈਂ ਮਿਰਚੀਆਂ ਲੈ ਕੇ ਆ ਰਹੀ ਹਾਂ ਓਹੋ ਮਿਰਚੀਆਂ ਇਧਰ ਤਾਂ ਧੂਆਂ ਵੀ ਨਿਕਲ ਲੱਗਿਆ ਇਹ ਭਰਾ ਸਾਡਾ ਜਮਾ ਮਿਰਚ ਨਹੀਂ ਖਾਂਦਾ ਹੈਗਾ ਯਾਰ ਬੜੀ ਟੈਨਸ਼ਨ ਹੋ ਜਾਂਦੀ ਹੈ ਮਿਰਚੀਆਂ ਮੈਂ ਫੜਾ ਦਿੰਦਾ ਹਾਂ ਜੀ ਮਿਰਚ ਖਾਣੀ ਨਹੀਂ ਚਾਹੀਦੀ ਯਾਰ ਦੱਸੋ ਇਹਨਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਖਾਣੇ ਦੇ ਇੱਕ ਚੱਕ ਲਓ ਹਾਂ ਲਾਲ ਚੱਕ ਹਾਂ ਜੀ ਹਾਂ ਚੱਕੋ ਚੱਕੋ ਮੈਨੂੰ ਮੌਤ ਪੈਣ ਲਈ ਆ ਨਹੀਂ ਨਹੀਂ ਇਹਦਾ ਇੱਕ ਡਾਇਲੌਗ ਆ ਹਨਾ ਸਾਡੇ ਚ ਜਦ ਵੀ ਆਰਡਰ ਕਰਦੇ ਨਾ ਅਸੀਂ ਖਾਣ ਪੀਣ ਨੂੰ ਤੇ ਇਹ ਬੰਦਾ ਕਰਦਾ ਆਰਡਰ ਸਾਡੇ ਚ ਕੋਈ ਆਰਡਰ ਨਹੀਂ ਕਰਦਾ ਇਹ ਬਹੁਤ ਵਧੀਆ ਆਰਡਰ ਕਰਦਾ ਨਾ ਸਾਰਾ ਕੁਝ ਇਹਦੇ ਨਾਲ ਇੱਕ ਡਾਇਲੌਗ ਪਤਾ ਕੀ ਰਿਲੇਟ ਕਰਦਾ ਹੈ ਹਰੇਕ ਚੀਜ਼ ਤੋਂ ਬਾਅਦ ਇਹ ਕਹਿੰਦਾ ਵੀ ਮਿਰਚ ਕੱਟ ਰੱਖੀ ਇੱਕ ਦਿਨ ਐ ਕਹਿੰਦਾ ਐ ਦੋ ਚਾਰ ਸਮੇਂ ਦੋ ਸਭ ਨੂੰ ਮਿਰਚ ਕਮ ਸਭ ਨੂੰ ਮਿਰਚ ਕਮ ਮਿਰਚ ਕੱਟ ਰੱਖੀ ਮੈਨੂੰ ਹੋਰ ਕੁਝ ਨਹੀਂ ਹੈਗਾ ਮੈਂ ਤੁਹਾਡੇ ਰਿਐਕਸ਼ਨਸ ਵੇਖਦੀ ਪਈ ਆ ਸੋ ਲੱਗਦਾ ਤੁਸੀਂ ਬਹੁਤ ਟੈਨਸ਼ਨ ਚ ਪਤਾ ਨਹੀਂ ਕੀ ਚੱਕਰ ਹੈ ਕਿ ਨਹੀਂ ਖਾਣੀ ਵੀ ਨਹੀਂ ਚਾਹੀਦੀ ਮਿਰਚ ਵੈਸੇ ਨਹੀਂ ਨਹੀਂ ਖਾਣੀ ਚਾਹੀਦੀ ਹੈ ਕਿਉਂ ਨਹੀਂ ਖਾਣੀ ਚਾਹੀਦੀ ਹੈ ਕਿਉਂ ਨਹੀਂ ਖਾਣੀ ਚਾਹੀਦੀ ਹੈ ਨਾ ਹਰੀ ਵੀ ਚੱਕੋ ਤੇ ਹੁਣ ਲਾਲ ਵੀ ਚੱਕੋ ਦੋ ਦੋ ਖਾਣੀਆਂ ਨਾ ਦੇਖੋ ਲਾਲ ਨਹੀਂ ਵਧੀਆ ਹੁੰਦੀ ਹਰੀ ਨਹੀਂ ਲਾਲ ਵੀ ਖਾਓ ਯਾਰ ਦੋਨੋਂ ਹਾਂ ਲਾਲ ਵੀ ਚੱਕ ਲਓ ਹਾਂ ਚੱਕ ਵੱਡਾ ਨਾ ਸਾਡੇ ਸਾਰਿਆਂ ਚ ਮਾਰ ਦੋ ਮੈਨੂੰ ਛੋਟੀ ਤੇ ਆ ਲੈ ਯਾਰ ਉਹ ਨਾ ਸੀਨੂੰ ਘੱਟ ਖਾਂਦਾ ਦੇਗਾ ਥੋੜੀ ਜਿਹੀ ਹਰੀ ਵੀ ਹੈਗੀ ਇਧਰੋਂ ਹਾਂ ਹਾਂਜੀ ਦੱਸੋ ਕੀ ਕਰਨਾ ਖਾਣੀ ਹੈ ਹਾਂ ਖਾਣੀ ਸਿਰਫ ਸੱਚੀ ਖਾਣੀ ਹੈ ਪਾਣੀ ਰੱਖਿਆ ਖੜਦਾ ਗ੍ਰੀਨ ਟੀ ਰੱਖੀ ਤੇ ਗਈ ਹੈ ਗ੍ਰੀਨ ਟੀ ਦਾ ਅੱਗ ਲਾ ਲੈਣੀ ਹੋਰ ਇੱਥੇ ਰੱਖ ਦੋ ਸਾਰੀ ਸਾਰੀ ਖਾਣੀ ਹੈ ਖਾਵਾਂਗੇ ਕੋਈ ਨਾ ਯਾਰ ਕਿਉਂ ਆਪਣਾ ਅੱਗੇ ਇੰਟਰਵਿਊ ਨਹੀਂ ਹੋਣਾ ਮੈਨੂੰ ਲੱਗਦਾ ਮੇਰੇ ਕੋਲ ਨਹੀਂ ਨਹੀਂ ਮੈਂ ਚਾਹਨੀ ਹਾਂ ਕਿ ਤੁਸੀਂ ਸਟਰੋਂਗ ਬਣੋ ਸਟਰੋਂਗ ਬਹੁਤ ਅਸੀਂ ਸਟਰੋਂਗ ਇਹਦੇ ਨਾਲ ਕੀ ਸਟਰੋਂਗ ਬਣੂਗਾ ਬਸ ਬਣਦਾ ਬੰਦਾ ਨਾ ਤਾਂ ਧੂਆ ਨਿਕਲਦਾ ਅੱਛਾ ਸੁਣੋ ਯਾਰ ਰਹਿਣ ਦੋ ਯਾਰ ਕਿਉਂ ਅੱਛਾ ਹਾਂ ਠੀਕ ਹੈ ਚਲੋ ਤੁਸੀਂ ਕਹਿੰਦਾ ਰਹਿਣ ਦਾ ਚਲੋ ਰਹਿਣ ਦਾ ਚਲੋ ਠੀਕ ਹੈ ਰਹਿਣ ਦਾ ਚਲੋ ਠੀਕ ਹੈ ਰਹਿਣ ਦਾ ਚਲੋ ਇਹ ਮਿਰਚੀਆਂ ਦਾ ਅਸਲ ਮਤਲਬ ਹੈ ਅਸੀਂ ਕਵਾਂਗੇ ਹੌਟ ਆਰ ਨਾਟ ਗੇਮ ਹੈ ਸਾਡੀ ਠੀਕ ਹੈ ਓ ਬਚ ਗਏ ਬਚ ਗਏ ਮੈਨੂੰ ਚੇਤੇ ਆ ਮੈਨੂੰ ਗੇਮ ਦਾ ਪਤਾ ਮੈਨੂੰ ਪਤਾ ਯਾਰ ਪਤਾ ਤੁਹਾਨੂੰ ਗੇਮ ਦਾ ਹਾਂ ਮੈਨੂੰ ਨਹੀਂ ਪਤਾ ਤੁਹਾਨੂੰ ਕਿਦਾਂ ਪਤਾ ਮੈਨੂੰ ਪਤਾ ਜੀ ਬਸ ਨਹੀਂ ਪਹਿਲਾਂ ਮੈਨੂੰ ਦੱਸੋ ਕਿਦਾਂ ਪਤਾ ਪਤਾ ਹੈ ਜੇ ਹੌਟ ਹੈ ਤਾਂ ਆ ਚੱਕੋ ਜੇ ਨਾਟ ਹੈ ਤਾਂ ਆ ਚੱਕੋ ਵਾਹ 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 ਯਾਰ ਵਾਹ ਓਲਾ ਰੱਖਿਆ ਤੂੰ ਓਲਾ ਵੀ ਰੱਖਿਆ ਉਬਰ ਵੀ ਰੱਖੀ ਸਾਰਾ ਰੱਖਿਆ ਛੀ ਦੇਖੋ ਹੁਣ ਦੇਖਾ ਦੇ ਇੱਕ ਮਿੰਟ ਸਾਨੂੰ ਜਿੱਥੇ ਮੁਸਕਾਰੀਆ ਸੌਰੀ ਯਾਰ ਹੁਣ ਆਪਣਾ ਕੰਮ ਹੈ ਹੋ ਨਹੀਂ ਨਹੀਂ ਠੀਕ ਨਹੀਂ ਸਾਨੂੰ ਨਾ ਮੋੜ ਲਿਆ ਕਰੋ ਟਾਈਮ ਸਿਰ ਅਸੀਂ ਆਪਦੀ ਗੱਲ ਵੀ ਕਰਨੀ ਸੀ ਤੁਸੀਂ ਇੱਧਰ ਆਓ ਹਾਂ ਚਲੋ 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 ਹੋਰ ਉਧਰ ਕੀ ਹਾਂ ਹੌਟ ਰੈਡ ਹੈ ਤੇ ਨਾਟ ਹੌਟ ਗ੍ਰੀਨ ਹੈ ਠੀਕ ਹੈ ਹੁਣ ਹੌਟ ਨਾਟ ਹੁਣ ਤੁਸੀਂ ਮਤਲਬ ਸੱਚ ਦੱਸਣਾ ਹੈ ਨਹੀਂ ਤਾਂ ਮੈਂ ਖਵਾ ਦੇਣੀ ਜੇ ਤੁਸੀਂ ਝੂਠ ਬੋਲਿਆ ਨਹੀਂ ਨਹੀਂ ਝੂਠ ਬੋਲਦਾ ਨਹੀਂ ਨਹੀਂ ਬੋਲੂਗਾ ਜੂਠ ਨਹੀਂ ਬੋਲੂਗਾ ਇਸ ਕੇਸ 'ਚ ਮੈਂ ਕਦੇ ਨਹੀਂ ਬੋਲੂਗਾ ਝੂਠ ਆਪਾਂ ਦਿਲ ਦੀ ਫੀਲਿੰਗਸ ਆਪਾਂ ਬੋਲ ਸਕਦੇ ਹਾਂ ਚਲੋ ਠੀਕ ਹੈ ਕਾ ਲਾਂਗੇ ਕੱਢ ਦੇ ਠੀਕ ਹੈ ਚਲੋ ਕਾਢ ਦੋ ਰੁਪਿੰਦਰ ਹਾਂਡਾ ਖੜ ਜਾ ਪਹਿਲਾਂ ਤੇ ਦੱਸੋ ਕੀ ਸੀਗਾ ਇਹ ਹੌਟ ਹੈ ਇਹ ਨਾਟ ਹੌਟ ਹੈ ਚੱਕੀ ਮਾਰਨੀ ਨਾਲ ਨਾਟ ਨਹੀਂ 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 ਕੋਈ ਨਾ ਇਹ ਖਾ ਸਕਦੇ ਉਹ ਚਾਹੁੰਦੇ ਹੈ ਕਿ ਮੈਂ ਖਾਵਾਂ ਅੱਛਾ ਖਾ ਲਓ ਅੱਛਾ ਹੌਟ ਨਾਟ ਹੌਟ ਨਾਟ ਹੌਟ ਮੈਂਡੀ ਠੱਕਰ ਯਾਰ ਤੁਹਾਨੂੰ ਪਹਿਲਾਂ ਪਤਾ ਤੁਹਾਡੀ ਕ੍ਰੈਸ਼ ਹੈ ਮੈਨੂੰ ਪਤਾ ਆ ਨਹੀਂ ਮੇਰੀ ਵੀ ਠੀਕ ਹੈ ਤੁਹਾਡੀ ਵੀ ਗੀ ਤੁਹਾਡੀ ਵੀ ਗੀ ਤੁਹਾਡੀ ਕ੍ਰੈਸ਼ ਨਹੀਂ ਹੌਟ ਕਹਿ ਰਿਹਾ ਮੈਂ ਹੌਟ ਕਹਿ ਰਿਹਾ ਮੈਂ ਨਹੀਂ ਆ ਦੇਖ ਲਓ ਸਾਰਿਆਂ ਤੋਂ ਉੱਪਰ ਹੈ ਜੀ ਅੱਛਾ ਸਾਰਿਆਂ ਤੋਂ ਉੱਪਰ ਹੈ ਇੰਨਾ ਕ੍ਰੈਸ਼ ਮਤਲਬ ਇੰਨਾ ਪਿਆਰ ਕਿਉਂ ਬਸ ਜੀ ਹੁਣ ਹੁੰਦਾ ਹੀ ਹੁਣ ਹੋ ਹੀ ਜਾਂਦਾ ਹੁਣ ਪੰਜਾਬੀ ਬੜੀ ਸੋਹਣੀ ਬੋਲ ਰਹੀ ਹੈ ਨਹੀਂ ਉਹਨਾਂ ਦੇ ਹਾਂ ਇੱਕ ਤਾਂ ਐਕਸੈਂਟ ਬਹੁਤ ਕਿਊਟ ਨੇ ਤੇ ਉਹ ਮਤਲਬ ਉਹਨਾਂ 'ਚ ਸਾਰੀ ਕੁਆਲਿਟੀਜ਼ ਨੇ ਮਤਲਬ ਸਾਰਾ ਮਤਲਬ ਹੁਣ ਮੈਂ ਕੀ ਕਵਾਂ ਮਤਲਬ ਹੁਣ ਮੈਂ ਉਲਟ ਗਿਆ ਹੁਣ ਮੈਂ ਕੀ ਕਵਾਂ ਵਧੀਆ ਨੇ ਮੈਨੂੰ ਬਹੁਤ ਘੈਂਟ ਲੱਗਦੀ ਯਾਰ ਵੈਸੇ ਤੁਸੀਂ ਇੰਟਰਵਿਊ ਨੂੰ ਹੋਰ ਪਾਸੇ ਲੈ ਗਏ ਸਾਨੂੰ ਜੁੱਤੇ ਨਾ ਪਵਾ ਦਿਓ ਨਹੀਂ 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 ਭੱਜ ਗਿਆ ਚੁੱਕੀਆਂ ਹਾਂਜੀ ਸੁਨੰਦਾ ਸ਼ਰਮਾ ਉਹ ਯਾਰ ਕਿਊਟ ਨੇ ਉਹ ਅੱਛਾ ਕਿਊਟ ਨੇ ਹਾਂ ਤੁਸੀਂ ਹੁਣ ਹੌਟ ਦਾ ਰੱਖਿਆ ਤੇ ਰੱਖਿਆ ਨਾਟ ਦਾ ਉਹਨਾਂ ਦੇ ਵਿੱਚ ਵਾਲਾ ਇੱਕ ਕਿਊਟ ਵਾਲਾ ਹੁੰਦਾ ਆ ਲੋ ਐ ਕਰ ਤੇਰੀ ਮਿਰਚ ਹਰੀ ਡਾਲ ਸੀ ਨਾ ਤੂੰ ਦਿਖਾ ਦੇ ਆਹੋ ਕਿਊਟ ਹਾਂ ਕਿਊਟ ਪਲੱਸ ਹੌਟ ਉਹ ਕਿਊਟ ਕਿਊਟ ਪਲੱਸ ਹੌਟ ਕਿਊਟ ਨਹੀਂ ਕਰਨਾ ਸਰਗੁਣ ਮਹਿਤਾ ਓਹੋ ਉਹਨਾਂ ਦੀ ਆਵਾਜ਼ ਬੜੀ ਘੰਟਾ ਲੱਗਦੀ ਆਵਾਜ਼ ਇੰਨੇ ਜ਼ਿਆਦਾ ਸੋਹਣੇ ਲੱਗਦੇ ਆ ਸੂਟ 'ਚ ਮੇਰੇ ਮਤਲਬ ਸੂਟ ਵਾਲੇ ਕ੍ਰੈਸ਼ ਨੇ ਕੋਈ ਨਾ ਕੋਈ ਹਰੇਕ ਤਰੀਕੇ ਦਾ ਕ੍ਰੈਸ਼ ਹੋਊਗਾ ਯਾਰ ਮੈਂ ਤਾਂ ਤੁਹਾਡਾ ਨਾਟ ਹੌਟ ਹੈ ਮੈਂ ਉਹਨਾਂ ਦੀ ਮੈਂ ਬਸ ਯਾਰ ਨਹੀਂ ਦਿਲ ਮੰਨਦਾ ਮੇਰਾ ਮੈਂ ਉਹ ਦੱਸਦਾ ਮੈਂ ਕਦੇ ਕੋਈ ਫਿਲਮ ਦੋ ਵਾਰੀ ਦੇਖੀ ਨਹੀਂ ਹੈਗੀ ਜਿੰਨੀ ਮਰਜ਼ੀ ਸੋਹਣੀ ਲੱਗੇ ਮੈਂ ਕਦੇ ਦੇਖੀ ਬਟ ਉਹ ਅੰਗਰੇਜ਼ ਫਿਲਮ
ਆ ਕਿਊਟੀ ਹੈ ਉਹ ਥੋੜੇ ਜਿਹਾ ਤਕੜ ਜੇ ਨੇ ਆ ਲੋ ਕਿਊਟੀ ਹੈ ਤਕੜ ਜੇ ਨੇ ਉਹਨਾਂ ਦੇ ਕੀ ਹੁਣ ਮੈਂ ਕਿਹੜੀ ਮਰਜ਼ੀ ਪੁੱਛ ਲਿਆ ਪਿਓਰ ਪੰਜਾਬੀ ਲੋਕ ਉਹਨਾਂ ਨੇ ਹਾਲੋ ਹੈ ਨਾ ਉਹ ਵੀ ਫਿਰ ਉਹ ਹੌਟ ਚ ਨਹੀਂ ਆਉਂਦੇ ਹੈਗੇ ਬਟ ਉਹ ਤਕੜ ਆਉਂਦੇ ਨੇ ਉਹ ਤਾਂ ਤੁਸੀਂ ਬਾਅਦ ਚ ਰੱਖਿਆ ਪਿਓਰ ਪੰਜਾਬਣ ਕੌਰਬੀ ਆ ਲੋ ਜੀ ਆਪਣਾ ਸਾਰਾ ਬਾਤੇ ਹਰਾ ਮੈਂ ਲਾਲ ਛੱਡਦਾ ਉਹ ਵੀ ਕਿਊਟ ਹੈ ਤੁਸੀਂ ਹਰੇ ਕਿਉਂ ਬਸ ਕੋਈ ਵੀ ਨਹੀਂ ਲੱਗਦੀ ਬਸ ਐਦੀ ਸਹੇਲੀ ਦੱਸ ਜਾਣੀ ਹੈ ਤੁਹਾਡੇ ਹੱਥ ਨੂੰ ਮੈਂ ਮੈਂ ਨਾਮ ਦੱਸ ਦੇ ਦੀ ਸਹੇਲੀ ਦਾ ਇਹ ਦੋ ਲਾਲ ਮਿਰਚ ਚੱਕ ਲੈਣੇ ਦੋਨੇ ਐ ਕਰਦੇ ਨੇ ਜੈਸਮਿਨ ਸੈਂਡਲੈਸ ਤੇ ਜੈਸਮਿਨ ਸੈਂਡਲੈਸ ਚਲ ਯਾਰ ਹੁਣ ਤੂੰ ਇਹ ਕੀ ਯਾਰ ਕੋ ਆ ਠੀਕ ਹੈ ਵਧੀਆ ਨਹੀਂ ਹੈ ਵਧੀਆ ਸੋਨਮ ਬਾਜਵਾ ਉਹ ਪੱਕਾ ਹੈ ਉਹ ਪੱਕਾ ਹੈ ਹਾਂ ਹਾਂ ਜਿੰਮ ਤੋਂ ਬਿਨਾ ਗੱਲ ਨਹੀਂ ਕਰਦੀ ਅਗਲੀ ਹਾਂ ਕਨਿਕਾ ਮਾਨ ਕਿਊਟ ਉਹ ਕਿਊਟ ਹੈ ਹਿਮਾਂਸ਼ੀ ਖੁਰਾਨਾ ਓਫੋ ਬਹੁਤ ਸੋਹਣੀ ਹੈ ਪਤਾ ਬਹੁਤ ਬਹੁਤ ਸੋਹਣੇ ਬਹੁਤ ਬਹੁਤ ਅੱਖਾਂ ਸੱਚੀ ਓਹ ਹੋ ਸਾਰਾ ਗੁਰਪਾਲ ਉਹ ਵੀ ਆਈ ਉਹ ਕਿਊਟ ਵੀ ਨੇ ਨਹੀਂ ਨਹੀਂ ਉਹ ਹੌਟ ਵੀ ਨੇ ਕਿਊਟ ਕਿਊਟ ਵੀ ਨੇ ਆਪਣੇ ਉਹ ਸਾਰਾ ਨੇ ਆਪਣੇ ਵੱਲੋਂ ਕਿਊਟ ਉਹ ਸਾਰਾ ਤੂੰ ਰਹਿਣ ਦੇ ਮਿਲ ਕੇ ਮੈਂ ਨਹੀਂ ਚਲੋ ਚਲੋ ਤੁਹਾਨੂੰ ਤਾਂ ਕੋਈ ਪਸੰਦ ਨਹੀਂ ਹੈਗੀ ਤੁਸੀਂ ਸੁਣਨਾ ਹੀ ਹੌਟ ਹੈ ਤਾਂ ਹੁਣ ਅਗਲਾ ਅਗਲਾ ਕੀ ਨਹੀਂ ਨਹੀਂ ਮੈਂ ਤਾਂ ਨੌਟ ਹੌਟ ਸੁਣਨਾ ਅਸੀਂ ਵੀ ਤਾਂ ਦੇਖੋ ਦਿਲ ਦੀਆਂ ਦੱਸ ਹੀ ਰਹੇ ਹਾਂ ਹਾਂ ਮੈਂ ਤਾਂ ਨੌਟ ਹੌਟ ਸੁਣਨਾ ਚਾਹੁੰਦੀ ਉਹਨਾਂ ਨੇ ਨੌਟ ਹੌਟ ਹੀ ਕਿਹਾ ਮੈਂ ਕਿਹਾ ਸਾਰੇ ਕੋਈ ਵੀ ਨਹੀਂ ਕੁੜੀਆਂ ਹੌਟ ਲੱਗਦੀਆਂ ਮੈਂ ਕਿਹਾ ਤਾਂ ਤੁਹਾਨੂੰ ਮੈਂ ਨਾਮ ਨਹੀਂ ਮੈਂ ਸ਼ੁਰੂ ਚ ਇੰਨੇ ਸਾਊ ਸ਼ੁਰੂ ਚ ਮੈਂ ਇੱਕ ਦੋ ਕਿਹਾ ਤਾਂ ਅੱਛਾ ਹਾਂ ਸ਼ੁਰੂ ਚ ਇੱਕ ਦੋ ਇਸ ਤੋਂ ਬਾਅਦ ਹਾਂ ਰੱਖ ਦੋ ਅਸੀਂ ਨਹੀਂ ਖਵਾਈਆਂ ਤੁਸੀਂ ਤੁਹਾਨੂੰ ਨਹੀਂ ਖਵਾਉਂਗੀ ਮੈਂ ਕੋਈ ਗੱਲ ਨਹੀਂ ਇੰਨਾ ਤੁਸੀਂ ਟੈਨਸ਼ਨ ਲੈ ਕੇ ਬੈਠ ਮੇਰੀ ਵੀ ਖਾ ਲੈ ਮੂੰਹ ਮਿੱਠਾ ਕਰੋ ਦੇਖਿਆ ਨਹੀਂ ਹੈਗਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਦੇਖਿਆ ਨਹੀਂ ਜਾਂਦੀ ਨਹੀਂ ਹੈ ਦੇਖਿਆ ਮਿੱਠੀ ਜੀ ਨੇ ਪਾਣੀ ਆ ਵੈਸ ਯਾਰ ਇੱਕ ਮੈਨੂੰ 8 ਸਾਲ ਹੋ ਗਏ ਮੇਰਾ ਪੂਰਾ ਫਰੈਂਡ ਸਰਕਲ ਮੈਂ ਜਿਹਦੇ ਕੋਲ ਖੜਾ ਨਾ ਸ਼ਾਮ ਨੂੰ ਜਾ ਕੇ ਜਾਂ ਕੁਛ ਵੀ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਉਹ ਬਿਗ ਬੋਸ ਚ ਪਤਾ ਇਹ ਹੋਇਆ ਅੱਛਾ ਮੈਨੂੰ 8 ਸਾਲ ਹੋ ਗਏ ਮੈਨੂੰ ਕੁਝ ਨਹੀਂ ਸਮਝ ਲੱਗਦਾ ਮੈਂ ਵੀ ਕੀ ਕਰਦੇ ਆ ਜਦੋਂ ਵੀ ਐਪੀਸੋਡ ਨਹੀਂ ਦੇਖਿਆ ਵਧੀਆ ਲੱਗਦਾ ਪਤਾ ਲੜੀ ਜਾਂਦੇ ਹੁੰਦੇ ਆ ਤੂੰ ਐਸਾ ਕੀਤਾ ਤੂੰ ਐਸਾ ਕੀਤਾ ਤੂੰ ਐਸਾ ਕਿਉਂ ਕੀਤਾ ਇਹ ਸਮਝ ਨਹੀਂ ਲੱਗਦਾ ਲੜ ਕਿਉਂ ਰਹੇ ਆ ਕਿ ਚੱਕਰ ਕੀ ਹੈ ਦਿੱਕਤ ਕਿੱਥੇ ਆ ਰਹੀ ਹੈ ਤੂੰ ਸਮਝ ਨਹੀਂ ਲੱਗ ਰਹੀ ਮੈਂ ਬਿਗ ਬੋਸ ਨਹੀਂ ਖੜਾ ਲੱਗੀ ਮੈਂ ਬਿਗ ਬੋਸ ਦਾ ਜਸਟ ਇੱਕ ਐਗਜ਼ਾਮਪਲ ਦਿੱਤਾ ਕਿ ਉੱਥੇ ਬਿਗ ਬੋਸ ਸੁਣਿਆ ਕਦੇ ਬਿਗ ਬੋਸ ਨੂੰ ਕਿ ਕਿੱਦਾਂ ਕਹਿੰਦੇ ਆ ਕਿ ਆਪਸੀ ਸਹਿਮਤੀ ਸੇ ਆਪ ਇਹ ਬਤਾਈਏ ਹਨਾ ਸੁਣਿਆ ਨਾ ਉਦਾਂ ਹੀ ਆਪਣੀ ਸਹਿਮਤੀ ਨਾਲ ਹੁਣ ਤੁਸੀਂ ਇਹ ਦੱਸਣਾ ਕਿ ਤੁਹਾਡੇ ਵਿੱਚੋਂ ਕੌਣ ਸਭ ਤੋਂ ਜ਼ਿਆਦਾ ਮਤਲਬ ਜੋ ਮੈਂ ਕਵਾਂਗੀ ਕਿ ਤਿੰਨਾਂ ਚੋਂ ਕੌਣ ਸਭ ਤੋਂ ਜ਼ਿਆਦਾ ਹੈ ਤਾਂ ਤੁਸੀਂ ਉਹਨਾਂ ਦਾ ਆਪਣੀ ਸਹਿਮਤੀ ਨਾਲ ਇੱਕ ਨਾਮ ਹੋਣਾ ਚਾਹੀਦਾ ਹੈ ਠੀਕ ਹੈ ਸਲਾਹ ਕਰ ਲਿਓ ਪਹਿਲਾਂ ਨਹੀਂ ਨਹੀਂ ਹਾਂ ਸਲਾਹ ਕਰ ਲਿਓ ਤਾਂ ਹੀ ਤਾਂ ਸਲਾਹ ਕਰਕੇ ਸਹਿਮਤੀ ਕਰ ਲਿਓ ਮੈਂ ਸੱਚ ਬੋਲੂੰਗਾ ਦੇਖੀ ਚੱਲ ਤੂੰ ਸੱਚ ਬੋਲ ਤੂੰ ਹਾਂ ਤੇ ਇਸ ਤੋਂ ਬਾਅਦ ਹੁਣ ਪਹਿਲਾਂ ਸਭ ਤੋਂ ਪਹਿਲਾਂ ਪੁੱਛੂੰਗੀ ਕਿ ਤੁਹਾਡੇ ਤਿੰਨਾਂ ਚੋਂ ਸਭ ਤੋਂ ਜ਼ਿਆਦਾ ਚੁਗਲਖੋਰ ਕੌਣ ਹੈ ਚੱਲੋ ਕੌਣ ਉਸ ਤੋਂ ਬਾਅਦ ਹੁਣ ਤਿੰਨਾਂ ਵਿੱਚੋਂ ਕੌਣ ਸਭ ਤੋਂ ਜ਼ਿਆਦਾ ਟਾਈਮ ਲਗਾਉਂਦਾ ਤਿਆਰ ਹੋਣ ਨੂੰ ਕੁੜੀਆਂ ਵਾਂਗੂ ਜਨਾਨੀਆਂ ਵਾਂਗੂ ਪਿਛਲੀ ਦੋ ਤਿੰਨ ਇੰਟਰਵਿਊ ਹੋਈਆਂ ਉੱਥੇ ਮੇਰਾ ਨਾਮ ਗਿਆ ਸਭ ਤੋਂ ਪਹਿਲਾਂ ਤੇ ਹੁਣ ਪਿਛਲੇ ਤਿੰਨ ਬਾਜ਼ਾਰ ਚ ਨਹੀਂ ਹੁਣ ਪਿਛਲੇ 4-5 ਵਾਰੀ ਤੋਂ ਲੇਟ ਕਰਾ ਅੱਛਾ ਤੁਸੀਂ ਹੋ ਮਤਲਬ ਨਹੀਂ ਨਹੀਂ ਮੈਂ ਅੱਛਾ ਤੁਸੀਂ ਮੈਂ ਆ ਰੀਸੈਂਟ ਸਟਾਰਟਿੰਗ ਇਦੋਂ ਪਿਛਲੇ 6 ਵਿੱਚ ਵਿਚਾਲੇ ਮੈਂ ਸਾਲ ਤੋਂ ਵਿਚਾਲੇ ਤੁਸੀਂ ਹੋ ਸਾਲ ਤੋਂ ਆਪਾਂ ਟਾਈਮ ਤੇ ਪੱਕੇ ਆ ਆਪਣਾ ਕੋਈ ਰੌਲਾ ਨਹੀਂ ਹੈਗਾ ਹੁਣ ਇਧਰ ਹੋ ਚਾ ਜਿਹੜਾ ਕੁਝ ਵੀ ਹੈਗਾ ਆਪਾਂ ਲੈ ਲੈ ਵੀ ਆਪਾਂ ਤਿਆਰ ਆ ਜੋ ਹੋ ਗਿਆ ਆ ਜਾਓ ਫੜ ਲਓ ਵਾਪਸ ਆਨੇ ਆ ਉਸ ਤੋਂ ਬਾਅਦ ਹੁਣ ਤਿੰਨਾਂ ਵਿੱਚੋਂ ਕੌਣ ਮਤਲਬ ਇਹ ਹੈ ਕਿ ਲੜਦਾ ਕੌਣ ਹੈ ਸਭ ਤੋਂ ਜ਼ਿਆਦਾ ਕੌਣ ਨਖਰੇ ਦਿਖਾਉਂਦਾ ਹੈ ਕਿ ਮੈਂ ਗੁੱਸਾ ਹੋ ਗਿਆ ਵਾਂ ਮੈਨੂੰ ਮਨਾਓ ਇਹ ਤਾਂ ਨਹੀਂ ਕਰਦੇ ਇਹ ਤਾਂ ਕੋਈ ਨਹੀਂ ਮਤਲਬ ਕੋਈ ਕੁਝ ਗੁੱਸਾ ਸਭ ਤੋਂ ਜ਼ਿਆਦਾ ਜਿਹਦੇ ਚ ਹੋਵੇ ਹੋ ਗਿਆ ਗੁੱਸਾ ਕਰਿਓ ਬਾਈ ਚ ਗੁੱਸਾ ਬਹੁਤ ਮੈਂ ਵੀ ਸੁੱਖੇ ਬੰਦੇ ਦੇਣਾ ਚਾਹੁੰਦਾ ਇਹ ਅਵਾਰਡ ਬਾਈ ਕੰਟਰੋਲ ਨਹੀਂ ਮੈਂ ਇਹ ਅਵਾਰਡ ਸੁੱਖੇ ਬੰਦੇ ਦੇਣਾ ਚਾਹੁੰਦਾ ਅੱਛਾ ਪਤਾ ਕਿਵੇਂ ਮਤਲਬ ਬਾਈ ਨੂੰ ਜੇ ਕੋਈ ਚੀਜ਼ ਨਹੀਂ ਵਧੀਆ ਲੱਗੀ ਨਾ ਜਿਵੇਂ ਸਾਨੂੰ ਸਾਡੀ ਦੋਨਾਂ ਦੀ ਆਦਤ ਸਾਨੂੰ ਨਹੀਂ ਵਧੀਆ ਲੱਗੀ ਤਾਂ ਅਸੀਂ ਬੋਲ ਦੇਣਾ ਉਹ ਨਹੀਂ ਵਧੀਆ ਲੱਗਿਆ ਇੱਕ ਵਾਰੀ ਬੋਲ ਗਿਆ ਚੁੱਪ ਹੋ ਕੇ ਬਹਿਣਾ ਹਾਂ ਮੇਰੇ ਇੱਕ ਬੋਲਣਾ ਨਹੀਂ ਚੁੰਡੀਆਂ ਵਾਰ ਜਾਉਣਾ ਚੁੱਪ ਹੋ ਕੇ ਬਹਿਣਾ ਮੈਂ ਸਾਇਲੈਂਟ ਹੋ ਥੋੜੀ ਦੇਰ ਬਾਅਦ ਹੋ ਜਾਂਦਾ ਸੈਟ ਅੱਛਾ ਹੋ ਜਾਂਦੇ ਤੇ ਜੇ ਭੜਕਦਾ ਫਿਰ ਬਹੁਤ ਜ਼ਿਆਦਾ ਹੋ ਜਾਂਦਾ ਕੰਮ ਗਲਾ ਵੀ ਮੈਂ ਕਹਿੰਦਾ ਬਾਈ ਤਾਂ ਹੀ ਖਰਾਬ ਹੈ ਹਨਾ ਤੂੰ ਦੇਖਾ ਵੀ ਜੀ ਆ ਗਿਆ ਬਸ ਚਲੋ ਹਾਂ ਤੇ ਤੁਹਾਡੇ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਗਰਲਫ੍ਰੈਂਡਸ ਕਿਹਦੀਆਂ ਰਹੀਆਂ ਨੇ ਮੈਂ ਇੱਕ ਮਿੰਟ ਚ ਆਇਆ ਮੈਂ
ਦੇਖੋ ਜੀ ਦਰਸ਼ਕ ਜੀ ਬਹੁਤ ਅੱਛਾ ਇੱਕ ਮਿੰਟ ਦਰਸ਼ਕ ਸਿਆਣੇ ਨੇ ਬਟ ਜਿਹੜੀ ਤੁਸੀਂ ਗਿਣਤੀ ਵਾਲੀ ਗੱਲ ਕੀਤੀ ਹੈ ਨਾ ਉਹ ਮੇਰੇ ਨਹੀਂ ਰਹੀਆਂ ਹੁਣ ਦੱਸੋ ਕਿਹਦੀਆਂ ਨੇ ਕਿਹਦੀਆਂ ਨੇ ਗਿਣਤੀ 'ਚ ਮੇਰੀ ਨਹੀਂ ਰਹੀਆਂ ਅੱਛਾ ਹੁਣ ਲੱਗਦੀਆਂ ਹੋਣਗੀਆਂ ਵੱਖਰੀਆਂ ਲੈ ਡੈਵੀ ਦੱਸੂਗਾ ਗਿਣਤੀ ਚਾਹੀਦੀਆਂ ਨੇ ਡੈਵੀ ਦੱਸੂਗਾ ਗੱਲ ਖਤਮ ਹੈ ਗੱਲ ਖਤਮ ਹੈ ਮੈਂ ਤਾਂ ਅੱਜ ਵੀ ਕਹਿੰਦਾ ਫਰੈਂਡਸ ਹੈਗੇ ਨਹੀਂ 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 ਗੱਲ ਖਤਮ ਹੈ ਫਰੈਂਡਸ ਨਹੀਂ ਹੁੰਦਾ ਗਰਲਫ੍ਰੈਂਡ ਯਾਰ ਬਦਨਾਮ ਦੋ ਜਣੇ ਮੰਨ ਗਏ ਦੋ ਜਣੇ ਮੰਨ ਗਏ ਨਾ ਅਗਲਾ ਕੁਐਸਚਨ ਆਵੇ ਅਗਲੀ ਗੱਲ ਸਹਿਮਤੀ ਦੋ ਮੈਜਾਰਿਟੀ ਅਗਲਾ ਕੁਐਸਚਨ ਆਵੇ ਅਗਲਾ ਆਵੇ ਮੈਨੂੰ ਸ਼ਕਲੋਂ ਹੀ ਲੱਗਾ ਸੀ ਪਤਾ ਨਹੀਂ ਕਿਉਂ ਯਾਰ ਮੈਨੂੰ ਕਹਿੰਦਾ ਇਨੋਸੈਂਟ ਇੰਨਾ ਸਾਰੇ ਆਏ ਕਹਿੰਦੇ ਇਨੋਸੈਂਟ ਹੀ ਹੁੰਦੇ ਗਰਲਫ੍ਰੈਂਡਸ ਵਾਲੇ ਮੈਨੂੰ ਪੱਕਾ ਪਤਾ ਹੈ ਨਹੀਂ ਮੇਰਾ ਐ ਵੀ ਮੈਂ ਸਾਰਿਆਂ ਨੂੰ ਹੱਸ ਕੇ ਬੁਲਾ ਲੈਣਾ ਅਸੀਂ ਤਾਂ ਖਾਣ ਨੂੰ ਪੈਂਦੇ ਆ ਨਾ ਤੁਸੀਂ ਅਗਲਾ ਕੁਐਸਚਨ ਪੁੱਛੋ ਜੀ ਮੈਂ ਕਿੰਨੇ ਪਿਆਰ ਨਾਲ ਗੱਲ ਕਰਦਾ ਪਿਆ ਖਾਣ ਦੋ ਤਿੰਨਾਂ ਵਿੱਚੋਂ ਜਦੋਂ ਵੀ ਤੁਸੀਂ ਇੱਕ ਦੂਜੇ ਦੇ ਘਰ ਜਾਂਦੇ ਹੋ ਤੁਹਾਡੀ ਫੈਮਿਲੀ ਵਿੱਚ ਵੀ ਬਹੁਤ ਜ਼ਿਆਦਾ ਪਿਆਰ ਹੈ ਹਨਾ ਹੁਣ ਤੁਸੀਂ ਜਦੋਂ ਵੀ ਤਿੰਨਾਂ ਵਿੱਚੋਂ ਘਰ ਜਾਂਦੇ ਹੋ ਕੌਣ ਮਤਲਬ ਕਿਸੇ ਦੇ ਬਾਪੂ ਕੋਲ ਜਾਏਗਾ ਤੇ ਉਹਦੀ ਸ਼ਿਕਾਇਤ ਲਗਾਏਗਾ ਜਾ ਕੇ ਕਿ ਅਸੀਂ ਇਹਨੂੰ ਡਾਂਟ ਪਵਾਣੀ ਹੈ ਕੋਈ ਇਦਾਂ ਦਾ ਹੋਵੇ ਤੁਹਾਡੇ ਤਿੰਨੇ ਤਿੰਨੇ ਇਹ ਨਾ ਐਡਾ ਹਰਾਮੀ ਹੈ ਨਾ ਹੁਣ ਮੈਂ ਦੱਸ ਨਹੀਂ ਸਕਦਾ ਕਿੱਸਾ ਸਭ ਤੋਂ ਜ਼ਿਆਦਾ ਲੁੱਤੀਆਂ ਲਾਉਂਦਾ ਇਹ ਦੱਸਦਾ ਮੈਂ ਇਹ ਲਾਉਂਦਾ ਲੁੱਤੀਆਂ ਮੈਨੂੰ ਨਾ ਫੋਨ ਆ ਰਿਹਾ ਅਸੀਂ ਨਾ ਕ੍ਰਿਕਟ ਖੇਡਦੇ ਸੀ ਬਾਹਰ ਅਸੀਂ ਵਿਹੜੇ 'ਚ ਨਾ ਕਦੇ ਕਦੇ ਮਾਇੰਡ ਰਿਲੈਕਸ ਕਰਨ ਨੂੰ ਵਿਹੜੇ 'ਚ ਕ੍ਰਿਕਟ ਖੇਡ ਲੈਂਦੇ ਹਾਂ ਚੱਲ ਬਾਹਰ ਜਾਣਾ ਨਹੀਂ ਪਊਗਾ ਘਰ ਦੀ ਗੱਲ ਘਰ 'ਚ ਰਹਿ ਜਾਂਦੇ ਤੇ ਮੇਰੀ ਫਰੈਂਡ ਆ ਇੱਕ ਉਹਦਾ ਮੈਨੂੰ ਫੋਨ ਆ ਰਿਹਾ ਸੀ ਆ ਫਰੈਂਡ ਜਿਹੜੀ ਪਹਿਲਾਂ ਦੱਸੀ ਥੋੜੀ ਦੇਰ ਪਹਿਲਾਂ ਉਹ ਫਰੈਂਡ ਸੀ ਐਵੇਂ ਲਾਈ ਜਾਂਦੇ ਦੱਸ ਮੁੱਲਾਪੁਰ ਤੋਂ ਉਹਦਾ 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 ਨਾਮ ਮੈਂ ਉਹ ਮੁੰਡੇ ਦੇ ਨਾਮ ਤੇ ਸੇਵ ਕੀਤਾ ਮੈਂ ਵਿਕਟਾਂ ਵਿਕਟਾਂ ਲੈ ਕੇ ਅੰਦਰ ਆਇਆ ਜੱਗੇ ਜੱਟ ਦੇ ਕਬੂਤਰ ਸੀਨੇ ਬਹੀ ਜੱਗੇ ਜੱਟ ਦੇ ਜੱਟ ਦੇ ਚੁੱਪ ਕਰ ਜਾ ਦੱਸ 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 ਤੇ ਮੰਮਾ ਅੰਦਰ ਜਾ ਰਹੀ ਸੀ ਗੇਟ ਤੋਂ ਫੋਨ ਆ ਰਿਹਾ ਮੈਂ ਅੰਦਰ ਸੀਗਾ ਫੋਨ ਬਾਹਰ ਪਿਆ ਸੀਗਾ ਅੱਛਾ ਇਹ ਪਤਾ ਕੀ ਕੀਤਾ ਆਂਟੀ ਆਂਟੀ ਮੇਰੀ ਗੱਲ ਸੁਣੋ ਉਹ ਕਹੋ ਆਹ ਫੋਨ ਆ ਰਿਹਾ ਜਿੱਤੀ ਇਹਦੇ ਚੱਕ ਲੈ ਹੁਣ ਮੰਮਾ ਨੂੰ ਵੀ ਹੋਇਆ ਵੀ ਪਤਾ ਨੀ ਕੋਈ ਤਾਂ ਗੱਲ ਹੋਣੀ ਹੈ ਮੰਮਾ ਨਹੀਂ ਐਵੇਂ ਨਹੀਂ ਮੈਂ ਵੀ ਕਹਿ ਕੇ ਭੇਜਿਆ ਸੀ ਮੈਂ ਕਿਹਾ ਆਂਟੀ ਫੋਨ ਆ ਰਿਹਾ ਜਿਸ ਸਹੇਲੀ ਦਾ ਫੋਨ ਹੈ ਇਹਨੂੰ ਜਾ ਕੇ ਪੁੱਛੋ ਵੀ ਇਹ ਕੌਣ ਹੈ ਜਾਓ ਨਾ ਨਾ ਮੁੰਡੇ ਦਾ ਸੇਵ ਕੀਤਾ ਸੀ ਅੱਛਾ ਨਹੀਂ ਮੰਮਾ ਐ ਬਿਲਕੁਲ ਵੱਜੇ ਅੱਗੇ ਤਾਂ ਕਦੇ ਯਾਰ ਵੀ ਜੇ ਫੋਨ ਆ ਰਿਹਾ ਤਾਂ ਨੋਰਮਲ ਫੜਾਉਂਦੇ ਆ ਫੜ ਇਹਦਾ ਫੋਨ ਆ ਰਿਹਾ ਇਹਦਾ ਫੋਨ ਆ ਰਿਹਾ ਕੌਣ ਹੈ ਮੇਰੇ ਰੰਗ ਉੱਡ ਗਏ ਮੈਂ ਕਿਹਾ ਪੱਕਾ ਇਹਨਾਂ ਦੀ ਕਰਤੂਤ ਹੈ ਪਿੱਛੇ ਜਾਣਾ ਹੱਸ ਰਿਹਾ ਕਿ ਹੱਸ ਗਿਆ ਵੱਜ ਗਿਆ ਸਮਝ ਇਹ ਜ਼ਿਆਦਾ ਲੁੱਤੀਆਂ ਆਉਂਦਾ ਮੈਂ ਇਹਦੇ ਘਰੇ ਲਾਉਣਾ ਕਿਉਂਕਿ ਇਹਦੇ ਘਰ ਦੇ ਵਧੀਆ ਥੋੜ੍ਹੇ ਉਹ ਨੇ ਨਾ ਉਹਦੇ ਘਰੇ ਕੋਈ ਲੁੱਤੀਆਂ ਨਹੀਂ ਖਾਸ ਉਹ ਡੈਡੀ ਬਹੁਤ ਸੀਰੀਅਸ ਹੈ ਤੁਹਾਡੇ ਤਿੰਨਾਂ ਵਿੱਚੋਂ ਵਿਆਹ ਕਰਾਉਣ ਦੀ ਛੇਤੀ ਕਿਹਨੂੰ ਹੈ ਦਾ ਸੁਖ ਕਰੋੜ ਓ ਵਾਹ ਇਹਨਾਂ ਆਪਾਂ ਨਿਬੇੜ ਕੇ ਆਪਦੇ ਕੰਮ ਕਣੀ ਹੋਣਾ ਕਦੋਂ ਤੱਕ ਵਿਆਹ ਕਰਾਉਣ ਲੱਗੇ ਅਗਲੇ ਸਾਲ ਅਗਲੇ ਸਾਲ ਬਾਈ ਨੇ ਵਿਆਹ ਕਰਾ ਲੈਣਾ ਕੁੜੀ ਅੱਜ ਮੰਨੇ ਹੁਣ ਤੁਸੀਂ ਆਪਣੇ ਤਿੰਨ ਨਾ ਇੱਕ ਇੱਕ ਡ੍ਰੀਮ ਗਰਲ ਦੱਸ ਦੋ ਪਲੀਜ਼ ਮੈਨੂੰ ਤੁਹਾਡੀ ਤਾਂ ਹੋਣੀ ਹੈ ਮੈਂ ਪੱਕਾ ਯਕੀਨ ਤੁਸੀਂ ਦੱਸੋ ਤੁਸੀਂ ਵੀ ਦੱਸੋ ਮੈਂ ਦੋ ਦੱਸੂਗਾ ਤੁਸੀਂ ਤਾਂ ਜ਼ਰੂਰ ਦੋ ਡ੍ਰੀਮ ਗਰਲਾਂ ਦਾ ਉਹ ਯਾਰ ਦੋ ਵਾਰੀ ਸੋਚ ਲੈਣਾ ਇੱਕ ਦੁਪਹਿਰੇ ਆਂਦੀ ਇੱਕ ਰਾਤ ਨੂੰ ਆਂਦੀ ਹੁਣ ਮਾਸਾ ਨਹੀਂ ਨਾਰਾਜ਼ ਹੁੰਦੀ ਦੀ ਆਈ ਮਨਾ ਲਈ ਨਹੀਂ ਡ੍ਰੀਮ ਗਰਲ ਹਾਂ ਡ੍ਰੀਮ ਗਰਲ ਨਹੀਂ ਕਿੱਦਾਂ ਮੈਂ ਦੇਖਣ ਨੂੰ ਕਿੱਦਾਂ ਦੀ ਕਿੱਦਾਂ ਦੀ ਗਰਲਫ੍ਰੈਂਡ ਚਾਹੁੰਦੇ ਹੋ ਉਹ ਮਿਲੀ ਹੋਈ ਆ ਮੈਂ ਆਪਣੀ ਗਰਲਫ੍ਰੈਂਡ ਵਰਗੀ ਗੱਲ ਕਰਦਾ ਅੱਛਾ ਆਪਣੀ ਗਰਲਫ੍ਰੈਂਡ ਹਾਂ ਮੈਂ ਦੱਸਦਾ ਇੰਨਾ ਪਿਆਰ ਕਰਦਾ ਮਤਲਬ ਵਿਆਹ ਤਾਂ ਤੁਸੀਂ ਕਰਾਣਾ ਮਿਲਾਂਦਾ ਛੇਤੀ ਨਹੀਂ ਨਹੀਂ ਛੇਤੀ ਨਹੀਂ ਹੈਗੀ ਮੇਰੇ ਦੋ ਨੇ ਜੀ ਅੱਛਾ ਦੋ ਨੇ ਦੋਨੋਂ ਕੋਲ ਇੱਕ ਦਿਨ ਦੀ ਤੇ ਇੱਕ ਰਾਤ ਦੀ ਹਨਾ ਹਾਂ ਤੂੰ ਦੱਸ ਪਹਿਲਾਂ ਦੋ ਮੈਂ ਦੇਖਦਾ ਮੈਂਡੀ ਟੱਕਰ ਜੀ ਤਾਂ ਹੈਗੀ ਆ ਤਾਂ ਸਾਰਾ ਉਹ ਦਿਨ ਕੀ ਰਾਤ ਉਹ ਰਾਤ ਨੂੰ ਅੱਛਾ ਉਹ ਦਿਨ ਗਏ ਰਾਤ ਬਸ ਕਰ ਦੇ ਤਾਰੀ ਤੇ ਪਰਿਣੀਤੀ ਚੋਪੜਾ ਜੀ ਉਹ ਪਰਿਣੀਤੀ ਚੋਪੜਾ ਹਾਂ ਉਧਰ ਭੁੱਲੇ ਗਏ ਸੀ ਨਾ ਉਹ ਫਿਰ ਉਹ ਪਰਲੇ ਪਾਰ ਵਾਲੇ ਨੇ ਨਾ ਬੰਬੇ ਜਦੋਂ ਗੇੜਾ ਲੱਗਦਾ ਫਿਰ ਮੈਂ ਉਧਰ ਜਦੋਂ ਸੁਪਨੇ 'ਚ ਕਈ ਵਾਰੀ ਬੰਬੇ ਪਹੁੰਚ ਜਾਂਦਾ ਨਾ ਫਿਰ ਮੈਂ ਪਰਿਣੀਤੀ ਜੀ ਕੋਲੋਂ ਅੱਛਾ ਜੇ ਤੁਹਾਡੇ ਮਤਲਬ ਗਰਲਫ੍ਰੈਂਡ ਆ ਵੇਖ ਲੈਣ ਫਿਰ ਮੇਰੀ ਡ੍ਰੀਮ ਗਰਲ ਯਾਰ ਮੇਰੀ ਡ੍ਰੀਮ ਗਰਲ ਐਕਟ੍ਰੈਸ ਤੋਂ ਨਹੀਂ ਦੱਸੋ ਮੈਂ ਸਾਊਂਡ ਇਫੈਕਟ ਦੇ ਰਿਹਾ ਦਮ ਤੱਕ
ਯਾਰ ਡ੍ਰੀਮ ਗਰਲ ਮੈਂ ਉਹ ਬਿਆਨ ਕਰ ਸਕਦਾ ਵੀ ਕਿੱਦਾਂ ਦੀ ਹੈ ਨਾ। ਤਾਂ ਮੈਨੂੰ ਪਸੰਦ ਹੈਗੀਆਂ ਨੇ ਲੰਬੀਆਂ ਕੁੜੀਆਂ ਮੇਰੇ ਹਾਣ ਦੀ ਹੋਵੇ ਚਾਹੇ ਲੰਬੀ ਹੋਵੇ ਮੇਰੇ ਹਾਣ ਦੀ ਹੋਵੇ ਊਂਠ ਹੋਵੇ ਊਂਠ ਲਿਆ ਹੋਵੇ ਨਾ ਤੇ ਸੋਹਣੀ ਮੈਨੂੰ ਇੰਨੇ ਮੈਟਰ ਨਹੀਂ ਕਰਦਾ ਹੈਗਾ ਮੇਰੀ ਡ੍ਰੀਮ ਗਰਲ ਉਹ ਕਿ ਜਿਹੜੀ ਅੰਡਰਸਟੈਂਡਿੰਗ ਸਭ ਤੋਂ ਪਹਿਲਾਂ ਹੋਵੇ ਅੰਦਰੋਂ ਮਤਲਬ ਕਿ ਜਿਹੜੀ ਉਹਦੀ ਕੁਆਲਿਟੀ ਹੋਵੇ ਤੇ ਸੋਹਣੀ ਨੂੰ ਠੀਕ ਠਾਕ ਹੋਵੇ ਹਨਾ ਉਹਨੂੰ ਚੱਜ ਹੋਵੇ ਕੱਪੜੇ ਪਾਉਣ ਦਾ ਹਨਾ ਹਿਸਾਬ ਨਾਲ ਕੱਪੜੇ ਪਾਵੇ ਜਿੱਥੇ ਜੋ ਜੱਚਦਾ ਹਨਾ ਇਹ ਨਹੀਂ ਤੁਸੀਂ ਵੀ ਬੋਆਈ ਦੋਗੇ ਕੋਈ ਰੌਲਾ ਨਹੀਂ ਹੈਗਾ ਵੀ ਸੂਟ ਵੀ ਪਾਵੇ ਡਰੈਸਾਂ ਵੀ ਪਾਵੇ ਕੁਛ ਮਰਜ਼ੀ ਪਾਵੇ ਕੋਈ ਰੌਲਾ ਨਹੀਂ ਹੈ ਬਟ ਜਿੱਥੇ ਇੱਥੇ ਜੋ ਜੱਚਦਾ ਤੇ ਹੁਣ ਦੱਸੋ ਕਿ ਤੁਹਾਡੇ ਨੈਕਸਟ ਪ੍ਰੋਜੈਕਟਸ ਅਸੀਂ ਤੁਹਾਨੂੰ ਕਦੋਂ ਵੇਖਾਂਗੇ ਤੇ ਕਿਹੜੇ ਪ੍ਰੋਜੈਕਟਸ ਨਾਲ ਵੇਖਾਂਗੇ ਅੱਗੇ ਸੀਰੀਅਸ ਹੋ ਜਾ ਬਣ ਮਿੱਤਰੋ ਹਾਂ ਸੀਰੀਅਸ ਹੋ ਜਾ ਕਿੱਡਾ ਬਹੁਤ ਹੋ ਗਿਆ ਤੇ ਮਿਰਚ ਖਾ ਲਵਾਂ ਮੈਂ ਤਾਂ ਤੁਸੀਂ ਮੇਰੇ ਗਾਲ ਹੀ ਦਿਖਾ ਰਹੇ ਅਪਰੋਕਸ 7 ਗਾਣੇ ਤਿਆਰ ਨੇ ਅੱਛਾ 7-8 ਆਡੀਓ 7 ਆਡੀਓ ਤਿਆਰ ਨੇ ਤੇ ਅਗਲਾ ਗਾਣਾ ਸਾਡਾ ਸੀਜ਼ਨਲ ਆ ਤੇ ਉਹ ਵੀ ਤੁਹਾਨੂੰ ਵਧੀਆ ਹੀ ਲੱਗੂਗਾ ਕਿਉਂਕਿ ਕਨਸੈਪਟ ਉਹਦਾ ਵੀ ਥੋੜਾ ਜਿਹਾ ਡਿਫਰੈਂਟ ਹੀ ਰੱਖਿਆ ਤੇ ਨੱਚਣ ਵਾਲਾ ਗਾਣਾ ਪਿਓਰ ਨੱਚਣ ਵਾਲਾ ਗਾਣਾ ਠੀਕ ਹੈ ਉਹਦੇ 'ਚ ਕੋਈ ਇਹ ਵੀ ਨਹੀਂ ਹੈ ਕੁੜੀ ਵਾਲਾ ਸਿਸਟਮ ਵੀ ਕੁਛ ਨਹੀਂ ਹੈ ਸਿਰਫ ਆਪਣੀ ਜੀ ਗੱਲ ਹੈ ਨਾ ਯਾਰ ਦੋਸਤਾਂ ਦੀ ਵੀ ਹੈ ਹੁਣ ਉਹ ਗਾਣੇ ਨਾਲ ਅਲੱਗ ਆਡੀਅੰਸ ਕਵਰ ਕਰਨਾ ਤੁਹਾਨੂੰ ਇਸ ਗਾਣੇ ਦਾ ਡਾਂਸ ਜ਼ਿਆਦਾ ਵਧੀਆ ਲੱਗਿਆ ਸੀ ਨਾ ਬਹੁਤ ਵਧੀਆ ਬਟ ਅਗਲੇ ਗਾਣੇ ਜ਼ਿਆਦਾ ਵਧੀਆ ਉਹਦਾ ਜ਼ਿਆਦਾ ਵਧੀਆ ਲੱਗੂਗਾ ਤੇ ਉਹ ਤੋਂ ਬਾਅਦ ਵੀ ਇੱਕ ਹੋਰ ਬੀਟ ਸੌਂਗ ਤਿਆਰ ਹੈ ਉਹ ਤੋਂ ਬਾਅਦ ਇੱਕ ਵੈਸਟਰਨ ਟਾਈਪ ਦਾ ਅਰਬਨ ਸੌਂਗ ਫਿਰ ਸਾਡੇ ਕੋਲ ਇੱਕ ਹੋਰ ਸੱਪ ਹੈ ਉਹ ਅਸੀਂ ਬਾਅਦ 'ਚ ਦੱਸਾਂਗੇ ਬਾਅਦ 'ਚ ਦੱਸਾਂਗੇ ਉਹ ਉਹ ਗਾਣਾ ਉਦੋਂ ਕੱਢਣਾ ਜਦੋਂ ਲੋਕਾਂ ਨੂੰ ਉਮੀਦ ਛੱਡ ਦੇ ਨਾ ਵੀ ਇਹ ਚੀਜ਼ ਗਾ ਹੀ ਨਹੀਂ ਸਕਦੇ ਵੀ ਇਹ ਨਹੀਂ ਕਰ ਸਕਦੇ ਵੀ ਇਹੋ ਜਿਹਾ ਕੁਛ ਕਰ ਸਕਦੇ ਬਸ ਹਾਂ ਉਹ ਐਕਸਪੈਰੀਮੈਂਟ ਵੀ ਉਹ ਸਾਰਾ ਕੁਛ ਹੈ ਬਟ ਤਿਆਰੀ ਹੈ ਸਾਡੀ ਤੁਹਾਨੂੰ ਪਹਿਲਾਂ ਕਿਹਾ ਪਲੈਨਿੰਗ ਪੂਰੀ ਹੁੰਦੀ ਸਾਡੀ ਜੇ ਸਾਲ ਗਾਣਾ ਨਹੀਂ ਨਾ ਆਇਆ ਸੀ ਸਾਡੇ ਵੱਲੋਂ ਤਾਂ ਸਾਲ 'ਚ 5 ਗਾਣੇ ਆ ਗਏ ਸਾਡੇ ਪਲੈਨਿੰਗ ਪਲੈਨਿੰਗ ਪੂਰੀ ਹੈ ਬਸ ਐਂ ਵੀ ਚਲੋ ਹੁਣ ਉਹ ਰੱਬ ਦੇ ਹੱਥ ਹੁੰਦਾ ਜੀ ਨਹੀਂ ਵਧੀਆ ਪ੍ਰੋਜੈਕਟ ਵਧੀਆ ਤਿਆਰ ਹੋਣਗੇ ਸਾਰੇ ਟੱਚਵੁੱਡ ਕਿਉਂਕਿ ਦੇਖੋ ਇਹ ਗਾਣਾ ਵੀ ਜਿਹੜਾ ਤਿਆਰ ਹੋਇਆ ਸੀ ਨਾ ਕਹਾਣੀ ਕਰ ਕਰਦੀ ਇਹ ਸਾਡਾ ਪਲੈਨ ਨਹੀਂ ਸੀਗਾ ਕਿ ਇੱਦਾਂ ਤਿਆਰ ਹੋਏਗਾ ਵੀਡੀਓ ਡਾਇਰੈਕਟਰ ਨੇ ਦਿਮਾਗ ਲਾਇਆ ਉਹ ਜਿਹੜੀਆਂ ਕੜੀਆਂ ਵੀ ਜੁੜੀਆਂ ਨੇ ਨਾ ਕਿ ਲੰਡਰ 1 ਸਾਲ ਤੋਂ ਗਾਇਬ ਕਿੱਥੇ ਨੇ ਇਹ ਗਾਣਾ ਅਗਸਤ 'ਚ ਰਿਲੀਜ਼ ਕਰਨਾ ਸੀ ਅਸੀਂ ਔਰ ਜੁੜਦਾ ਗਿਆ ਅਕਤੂਬਰ ਆ ਗਿਆ ਉਹ ਸਾਲ ਹੋ ਗਿਆ ਹਨਾ ਉੱਥੇ ਜੁੜ ਗਈ ਚੀਜ਼ ਜਿਹੜਾ ਟੀਜ਼ਰ ਬਣਿਆ ਗੈਪ ਦਾ ਉਹ ਉੱਥੋਂ ਦੀ ਜੁੜੀ ਆਪਣੇ ਆਪ ਜੁੜਦਾ ਰਿਹਾ ਸਾਡੇ ਕੋਲ ਇੰਨਾ ਦਿਮਾਗ ਨਹੀਂ ਲਾਇਆ ਹੈਗਾ ਸਾਡੇ ਕੋਲ ਦਿਮਾਗ ਲਾਇਆ ਅਸੀਂ ਇਹ ਸਿੱਖ ਗਏ ਹਾਂ ਵੀ ਸਬਰ ਰੱਖਣਾ ਪੈਂਦਾ ਹਰੇਕ ਚੀਜ਼ 'ਚ ਸਬਰ ਦਾ ਬਹੁਤ ਟਾਈਮ ਲੱਗਦਾ ਹਰੇਕ ਚੀਜ਼ ਨੂੰ ਸਬਰ ਇੱਥੇ ਰਹਿ ਕੇ ਆਹੀ ਸਿੱਖਿਆ ਸਬਰ ਦਾ ਫਲ ਗੜਿਆ ਹੁੰਦਾ ਸਾਡੇ ਸਾਹ ਨਾਲ ਗੜਿਆ ਨਹੀਂ ਨਹੀਂ ਸਬਰ ਦਾ ਫਲ ਚੀਜ਼ ਮਿਲ ਜਾਂਦੀ ਹੈ ਪਰ ਟਾਈਮ ਲੱਗਦਾ ਹਾਂ ਬਾਕੀ ਜੱਟੋਂ ਗ੍ਰੀਨ ਟੀ ਛੱਡੀ ਹੋ ਗਈ ਮੈਂ ਪੀ ਗਿਆ ਸਾਰੀ ਅੱਛਾ ਪੀ ਗਏ ਸਾਰੀ ਵਾਹ ਆਪਾਂ ਤੇਜ਼ ਹਾਂ ਹੁਣ ਆਖਰੀ ਵਿੱਚ ਤੁਸੀਂ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਤੁਹਾਡੇ ਗਾਣੇ ਪਸੰਦ ਮੈਂ ਵੈਸੇ ਇੱਕ ਚੀਜ਼ ਦੱਸਣਾ ਚਾਹੂੰਗਾ ਹਾਂਜੀ ਤੇ ਜੋ ਤੁਸੀਂ ਸਾਰਾ ਇੰਟਰਵਿਊ ਦੇਖ ਕੇ ਵੀ ਤੁਸੀਂ ਅੰਦਾਜ਼ਾ ਲਾਇਆ ਹੋਣਾ ਕਿ ਇਹ ਖੱਪੀ ਜੇ ਨੇ ਹਨਾ ਇਹ ਵੀ ਗੰਦ ਹੀ ਪਾਉਂਦੇ ਨੇ ਹਨਾ ਬਟ ਅਸੀਂ ਗੰਦ ਨਹੀਂ ਪਾਉਂਦੇ ਹੈਗੇ ਸਾਡਾ ਨੇਚਰ ਇੱਦਾਂ ਦਾ ਹੈ ਕਿ ਅਸੀਂ ਥੋੜ੍ਹਾ ਜਿਹਾ ਐਂਟਰਟੇਨਮੈਂਟ ਕਰਦੇ ਰਹਿੰਦੇ ਹਾਂ ਅਸੀਂ ਆਪਦਾ ਅਤੇ ਲੋਕਾਂ ਦਾ ਵੀ ਅਤੇ ਗਾਣੇ 'ਚ ਵੀ ਅਸੀਂ ਉਹੀ ਕੀਤਾ ਹਜੇ ਤੱਕ ਬਟ ਜਿੰਨੇ ਕੁ ਸਾਡੇ ਗਾਣੇ ਆਏ ਨੇ ਨਾ ਉਹਦੇ ਨਾਲ ਇਹ ਅੰਦਾਜ਼ਾ ਨਹੀਂ ਲਾਉਣਾ ਕਿ ਸਿਰਫ ਇਹੀ ਕਰਦੇ ਨੇ ਹਨਾ ਸਾਡੇ ਕੋਲ ਮਟੀਰੀਅਲ ਸਾਰਾ ਪਿਆ ਤੁਸੀਂ ਸਾਡੇ ਲਾਈਵ ਵੀ ਦੇਖੋਗੇ ਇੱਕ ਸ਼ੇਅਰ ਸੁਣਾ ਦਿਓ ਪਲੀਜ਼ ਕੀ ਬਾਤ ਆ ਮੈਂ ਉਹ ਕਹਿੰਦਾ ਵੀ ਇੱਕ ਜਿਹੜਾ ਲੋਕ ਅੰਦਾਜ਼ਾ ਲਾ ਦਿੰਦੇ ਨੇ ਵੀ ਸ਼ਾਇਦ ਇਹ ਆਹੀ ਕੁਛ ਕਰਦੇ ਨੇ ਬਟ ਇੱਕ ਜਿਹੜਾ ਲਿਖਣ ਵਾਲਾ ਬੰਦਾ ਹੁੰਦਾ ਉਹ ਲਿਖਣ ਵਾਲਾ ਉਦੋਂ ਹੀ ਬਣਦਾ ਜਦੋਂ ਸਾਰਾ ਕੁਛ ਲਿਖ ਲਵੇ ਠੀਕ ਹੈ ਨਾ ਜ਼ਰੂਰੀ ਨਹੀਂ ਉਹ ਇੱਕੋ ਹੀ ਚੀਜ਼ ਲਿਖਦਾ ਹੋਊਗਾ ਸਾਡੀ ਚੀਜ਼ਾਂ ਬਾਹਰ ਇੱਦਾਂ ਦੀਆਂ ਆਈਆਂ ਨੇ ਜਿਹੜੀਆਂ ਸਿਰਫ ਉੱਥੇ ਤੱਕ ਜ਼ਰੂਰੀ ਨਹੀਂ ਸੀ ਦਾਇਰੇ 'ਚ ਰੱਖਦੀਆਂ ਨੇ ਬਟ ਬਾਈ ਸੁਣਾਓ ਜਿਹੜਾ ਮਾੜਾ ਜਿਹਾ ਜ਼ਰੂਰੀ ਹੈ ਹਾਂ ਮੈਨੂੰ ਮੈਂ ਜ਼ਰੂਰੀ ਆ ਆ ਆ ਉਹ ਹੈਗਾ ਵੀ ਅਸੀਂ ਛੋਟਿਆਂ ਘਰਾਂ 'ਚ ਰਹਿਣ ਵਾਲੇ ਸਾਡੀ ਚਬਾਰਿਆਂ ਦੇ ਨਾਲ ਬਣਦੀ ਘੱਟ ਹੈ ਅਸੀਂ ਛੋਟਿਆਂ ਘਰਾਂ 'ਚ ਰਹਿਣ ਵਾਲੇ ਸਾਡੀ ਚਬਾਰਿਆਂ ਦੇ ਨਾਲ ਬਣਦੀ ਘੱਟ ਹੈ ਅਸੀਂ ਸ਼ੁਰੂ ਤੋਂ ਰਹੇ ਪੰਜਾਬੀ ਦੇ ਸ਼ਕੀਨ ਸਾਡੀ ਪਹਾੜਿਆਂ ਦੇ ਨਾਲ ਬਣਦੀ ਘੱਟ ਹੈ ਕੋਈ ਪੱਕਾ ਵਾਅਦਾ ਕਰ ਸੱਜਣਾ ਉਹ ਸਾਡੀ ਲਾਰਿਆਂ ਦੇ ਨਾਲ ਬਣਦੀ ਘੱਟ ਹੈ ਸਾਡੇ ਮਾਂ ਪਿਓ ਚੰਗੇ ਅਸੀਂ ਤਾਂ ਚੰਗੇ ਤਾਂਹੀਓ ਮਾੜਿਆਂ ਦੇ ਨਾਲ ਬਣਦੇ ਇਹ ਸਾਰਾ ਲਾਈਵ ਮਟੀਰੀਅਲ ਹੁੰਦਾ ਸਾਡਾ ਜੋ ਅਸੀਂ ਲਾਈਵ 'ਚ ਕਰਦੇ ਹਾਂ ਬਟ ਹਾਂ ਤੁਸੀਂ ਸਾਡੇ ਤੋਂ ਚੰਗੀ ਦੀ ਉਮੀਦ ਰੱਖਿਓ ਤੇ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਤੇ ਅੱਛਾ ਹੀ ਪੇਸ਼ ਕਰਾਂਗੇ ਤੁਹਾਨੂੰ ਹਸਾਵਾਂਗੇ ਵੀ ਐਂਟਰਟੇਨ ਕਰਾਂਗੇ ਹਰ ਪਾਸੇ ਨੂੰ ਜ਼ਿੰਦਗੀ ਛੋਟੀ ਆ ਜੀ ਹੱਸ ਖੇਡ ਕੇ ਨਿਕਲ ਜਾ ਵਧੀਆ ਪਤਾ ਨਹੀਂ ਕਦੋਂ ਸੈੱਲ ਕੱਟ ਜਾਣਾ ਅੱਜ ਟੈਂਕੂ ਚੱਲ ਰਿਹਾ ਕਦੋਂ ਸੈੱਲ ਕੱਟ ਜਾਣ ਹੁਣ ਮੈਂ ਪਲੀਜ਼ ਚਾਹਾਂਗੀ ਕਿ ਤੁਸੀਂ ਕਹਾਣੀ ਘਰ ਘਰ ਦੀ ਪਲੀਜ਼ ਇੱਕ ਵਾਰੀ ਸੁਣਾ ਦਿਓ ਜ਼ਰੂਰ ਜੀ ਜ਼ਰੂਰ ਸੱਤ 8 ਯਾਰ ਬੇਲੀ ਇਕੱਠੇ ਹੋਏ ਸੀ ਇਕੱਠਿਆਂ ਦੇ 8 ਵਜੇ ਫੋਨ ਵੱਜ ਪਏ ਚਾਰਾਂ ਦੀ ਸਹੇਲੀਆਂ ਨੇ ਜਾਣ ਖਾਧੀ ਸੀ ਬਾਕੀ ਸੀ ਵੀ ਆਏ ਘਰਾਂ ਵੱਲ ਭੱਜ ਗਏ ਸੀ ਇਕੱਲੇ ਇਕੱਲੇ ਨੂੰ ਕਰਾਰੀ ਗੱਲ ਵਰਦੀ ਪਹਿਲਾਂ ਸੀ ਮੈਂ ਆਹੀ ਸੋਚਦਾ ਮੇਰੇ ਵਾਲੀ ਕੀ ਉਹ ਤੰਗ ਕਰਦੀ ਅੱਜ ਜਾ ਕੇ ਪਤਾ ਲੱਗਿਆ ਇਹ ਕਹਾਣੀ ਘਰ ਕਰਦੀ ਪਹਿਲਾਂ ਸੀ ਮੈਂ ਆਹੀ ਸੋਚਦਾ
ਬਹੁਤ ਵਧੀਆ thank you so much ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ thank you so much ਸਾਨੂੰ ਵੀ ਸੀਰੀਅਸਲੀ ਬਹੁਤ ਕੈਂਟ ਲੱਗਿਆ ਸਾਡਾ ਕਾਈਂਡ ਆਫ ਵਧੀਆ thank you ਅਗਲੇ ਹਫਤੇ ਫਿਰ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਕੁਝ ਹੋਰ ਨਵੇਂ ਸੈਲੀਬ੍ਰਿਟੀਜ਼ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ